ਗਾਉਣ ਵਾਲਿਆਂ ਦੀ ਦੁਨੀਆ 'ਚ ਅੱਜਕੱਲ ਪੈਰ ਲਾਉਣੇ ਬੜੇ ਮੁਸ਼ਕਲ ਨੇ ਜਿਉਂ ਹੀ ਲੋਕ ਗੀਤ ਗਾਉਣ ਵਾਲਿਆਂ ਦਾ ਇਕੱਠ ਹੋਇਆ ਤਿਉਂ ਹੀ ਨਵੇਂ-ਨਵੇਂ ਮੁੰਡੇ ਗਾਉਣ ਲੱਗ ਪਏ ਸ੍ਰੀ ਦਾ ਇੱਕ ਮੁੰਡਾ ਗਾਉਣ ਲੱਗਿਆ ਜੈਜੀ ਬੀ ਜੈਜੀ ਬੈਂਸ ਜਦੋਂ ਛੱਤਾਂ ਤੇ ਕੰਮ ਕਰਦਾ ਸੀ ਇੱਕ ਸਧਾਰਨ ਵਰਕਰ ਦੇ ਤੌਰ ਤੇ ਇਮੀਗ੍ਰੈਂਟ ਵਰਕਰ ਸੀ ਉਦੋਂ ਕੰਮ ਕਰਦਾ ਕਰਦਾ ਗਾਉਂਦਾ ਰਹਿੰਦਾ ਔਰ ਉਸਦੇ ਬੌਸ ਨੇ ਉਸਦੀ ਆਵਾਜ਼ ਪਛਾਣੀ ਔਰ ਉਸ ਤੋਂ ਬਾਅਦ ਘੁੱਗੀਆਂ ਦਾ ਜੋੜਾ ਨਾਂ ਦੀ ਇੱਕ ਸੈੱਟ ਕਰਾ ਦਿੱਤੀ ਜਿਹੜੀ ਬੜੀ ਹਿੱਟ ਹੋਈ ਔਰ ਉਸ ਤੋਂ ਬਾਅਦ ਬਸ ਉਸਨੇ ਪਿੱਛਾ ਮੁੜ ਕੇ ਨਾ ਵੇਖਿਆ ਜੈ ਜੀ ਬੀ ਦਿਨ-ਵਿਦਿਨ ਤਰੱਕੀਆਂ ਕਰਦਾ ਚਲਾ ਗਿਆ ਔਰ ਅੱਜ ਉਹ ਸਟਾਰ ਹੈ ਸੰਸਾਰ ਪਰਦੇ ਵਿੱਚ ਉਸ ਦੇ ਗੀਤ ਚੱਲਦੇ ਨੇ ਉਹਦੀ ਦਿੱਖ ਬੜੀ ਵੱਖਰੀ ਸੀ ਉਸ ਨੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਐਸੀ ਦਿੱਖ ਬਣਾਈ ਜਿਹੜੀ ਕਿ ਚਰਚਾ ਦਾ ਵਿਸ਼ਾ ਬਣ ਗਈ ਉਸ ਦੇ ਵਿੱਚ ਉਹ ਸੋਨੇ ਦੇ ਦੰਦ ਲਾ ਕੇ ਰੱਖਦਾ ਹੈ ਔਰ ਆਪਣੀ ਜੁੱਤੀਆਂ ਅੱਡੀਆਂ ਤੇ ਸੋਨੇ ਦੀਆਂ ਪੱਤੀਆਂ ਲਾ ਕੇ ਰੱਖਦਾ ਹੈ ਸੋਨੇ ਦਾ ਖੰਡਾ ਪਾ ਕੇ ਰੱਖਦਾ ਹੈ ਔਰ ਉਸ ਦੇ ਜਿਸਮ ਦੇ ਉੱਤੇ ਪਾਏ ਹੋਏ ਟੈਟੂ ਉਸ ਦੀ ਮਾਤਾ ਜੀ ਦੇ ਅਸ਼ੀਰਵਾਦ ਦੀ ਯਾਦ ਦਿਵਾਉਂਦੇ ਹਨ ਕਈ ਇਹੋ ਜਿਹੇ ਹੋਰ ਟੈਟੂ ਨੇ ਹੁਣ ਉਹ ਆਪਣੇ ਉਸਤਾਦ ਕੁਲਦੀਪ ਮਾਨਕ ਸਾਹਿਬ ਦਾ ਟੈਟੂ ਖਣਵਾ ਰਿਹਾ ਹੈ ਸੋ ਅੱਜ ਜੈ ਜੀ ਬੀ ਨਾਲ ਗੱਲਬਾਤ ਹੋਏਗੀ ਜਿਹੜੇ ਅੱਜ ਸੰਸਾਰ ਪਰਦੇ ਵਿੱਚ ਪੌਪ ਸੰਗੀਤ ਦੇ ਪੰਜਾਬ ਦੇ ਫੋਕ ਸੌਂਗਸ ਦੇ ਪੰਚਮ ਦੇ ਵਿੱਚ ਗਾ ਸਕਣਾ ਅਤੇ ਉਸ ਦੇ ਨਾਲ ਨਾਲ ਕਾਮਯਾਬੀ ਕੰਟੈਂਟ ਢਾਡੀਆਂ ਵਾਲੀ ਆਵਾਜ਼ ਅਤੇ ਢਾਡੀ ਕਲਾ ਦੀ ਅੱਗੋਂ ਜਾ ਕੇ ਉਸ ਨੂੰ ਐਨਹਾਂਸ ਕਰਕੇ ਉਸ ਦਾ ਵਿਕਾਸ ਕਰਕੇ ਪੇਸ਼ ਕਰ ਸਕਣਾ ਇਹ ਉਸ ਦੀ ਖੂਬੀ ਹੈ ਜੈਜ਼ੀ ਬੀ ਅੱਜ ਸਰੀ ਦੇ ਵਿੱਚ ਫੇਰ ਆਏ ਹੋਏ ਨੇ ਸੰਸਾਰ ਪਰਦਾ ਚੱਕਰ ਲਾਇਆ ਹੈ ਅਤੇ ਉਹ ਫਿਲਮਾਂ ਦੇ ਵਿੱਚ ਵੀ ਕਈ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਲੇਕਿਨ ਅੱਜ ਵੀ ਉਹਨਾਂ ਦੀ ਸਥਾਪਤੀ ਇੱਕ ਮਸ਼ਹੂਰ ਗਾਇਕ ਦੇ ਤੌਰ ਤੇ ਹੈ ਜੈਜ਼ੀ ਬੀ ਹਾਂਜੀ ਜਨ ਸਾਹਿਬ ਸਤਿ ਸ਼੍ਰੀ ਅਕਾਲ ਜੇ ਜੇ ਤੁਸੀਂ ਹੁਣ ਵਾਪਸ ਪਿੱਛੇ ਦੇਖਦੇ ਹੋ ਆਪਣੀ ਸਥਾਪਤੀ ਦੇ ਜਿਹੜੇ ਮੁੱਢਲੇ ਦਿਨ ਸੀ ਉਹਨਾਂ ਬਾਰੇ ਜ਼ਰੂਰ ਦੱਸੋ ਮੋਢਲੇ ਦਿਨ ਬਸ ਅੱਜ ਤੁਸੀਂ ਇੱਥੇ ਯਾਦ ਕਰਾਤੇ ਫਿਰ ਜੀ ਬਿਰਕਰੀ ਪਾਰਕ ਇੱਥੇ ਲੱਗੇ ਰਹਿੰਦੇ ਹੁੰਦੇ ਸੀ ਅਸੀਂ ਜਦੋਂ ਮੈਂ ਐਲੀਮੈਂਟਰੀ ਸਕੂਲ ਚ ਜਾਂਦਾ ਹੁੰਦਾ ਸੀ ਸਰੀ ਵਾਲੇ ਹਾਂਜੀ ਸਰੀ ਵਾਲੇ ਚ ਤੇ ਉਹ ਆਪਣੇ ਬਾਈਕ ਤੇ ਜਾਣਾ ਜੀ ਹਨਾ ਤੇ ਸਵੇਰੇ ਸਵੇਰੇ ਸਲਰਪੀ ਲੈਣੀ ਜ਼ਰੂਰ ਸਰਵੰਦਾ ਬੰਦੋਂ ਇੱਕ ਹੱਥ ਤੋਂ ਜਾਕੀ ਹੁੰਦੀ ਸੀ ਹਨਾ ਕਿਉਂਕਿ ਸਕੂਲ ਤੋਂ ਬਾਅਦ ਜਿਹੜੇ ਸਾਰੇ ਸੱਜਣਾ ਮਿੱਤਰ ਸਕੇ ਫਿਰ ਉੱਥੇ ਹਾਕੀ ਖੇਡੀ ਜਾਣੀ ਅੱਛਾ ਸਕੂਲ ਤੋਂ ਬਾਅਦ ਵੀ ਹਨਾ ਸੋ ਦਿਨ ਵਾਕਈ ਭੁੱਲ ਭੁੱਲਣੇ ਚਾਹੀਦੇ ਨਹੀਂ ਮੇਰੇ ਹਿਸਾਬ ਨਾਲ ਕਈ ਭੁੱਲ ਜਾਂਦੇ ਨੇ ਬਚਪਨ ਆਪਣਾ ਜੋ ਪਛੋਕੜ ਹੈ ਜਿਹੜਾ ਬੰਦਾ ਭੁੱਲ ਜਾਂਦਾ ਉਹ ਉਹ ਮੇਰੇ ਹਿਸਾਬ ਨਾਲ ਫਿਰ ਉਹ ਬਿਗ ਹੈਡਡ ਹੋ ਜਾਂਦਾ ਜਾਂ ਕਹਿੰਦਾ ਤੁਸੀਂ ਐਟੀਟਿਊਡ ਆ ਜਾਂਦਾ ਜਿਹੜਾ ਮਾੜੇ ਦਿਨ ਚੰਗੇ ਦਿਨ ਪੁਰਾਣੇ ਦਿਨ ਭੁੱਲਣੇ ਨਹੀਂ ਚਾਹੀਦੇ ਕਦੇ ਵੀ ਜ਼ਿੰਦਗੀ ਦੇ ਬੰਦੇ ਸੋ ਇੱਕ ਇਮੀਗ੍ਰੈਂਟ ਵਰਕਰ ਦੇ ਤੌਰ ਤੇ ਜਦੋਂ ਤੁਸੀਂ ਪਹਿਲਾਂ ਪਹਿਲਾਂ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਵਿਦਿਆਰਥੀ ਜੀਵਨ ਤੋਂ ਬਾਅਦ ਹਾਂਜੀ ਉਦੋਂ ਕਿਹੜੇ ਕਿਹੜੇ ਲੋਕ ਮਿਲੇ ਤੇ ਕਿਵੇਂ ਕਿਵੇਂ ਤੁਹਾਡੀ ਗਾਇਕੀ ਦੀ ਪਹਿਚਾਣ ਹੋਈ ਸੀ ਸੁਣ ਰਿਆਂ ਇਹ ਮੁੰਡਾ ਜਦੋਂ ਫਰੇਮਿੰਗ ਕਰਦਾ ਉਹਦੋਂ ਵੀ ਉੱਚੀ ਉੱਚੀ ਗਾਉਂਦਾ ਰਹਿੰਦਾ ਸਭ ਤੋਂ ਵੱਡਾ ਹਾਤ ਤੁਸੀਂ ਤਰਲੋਕ ਸਿੰਘ ਕੋਨਰ ਦਾ ਜਿਹੜੇ ਸਾਡੇ ਬੇਸਮੈਂਟ 'ਚ ਰਹਿੰਦੇ ਹੁੰਦੇ ਸੀ ਏਦਾਂ ਨਹੀਂ ਸੀ ਬੰਦਾ ਬਹੁਤ ਰਿੱਚ ਆ ਉਹਨਾਂ ਨਾਲ ਜਦੋਂ ਕੰਮ ਕਰਨਾ ਉਹਨੂੰ ਲੱਗਾ ਹੋਵੇ ਯਾਰ ਮੁੰਡਾ ਕਰ ਸਕਦਾ ਕੁਝ ਏਦਾਂ ਦਾ ਵੀ ਹੁੰਦਾ ਸੀ ਮੈਂ ਜਿਹਦਾ ਬੰਦਾ ਲੇਜੀ ਹੋ ਜਾਂਦਾ ਉੱਠਣਾ ਨਹੀਂ ਕੰਮ ਤੇ ਜਾਣਾ ਨਹੀਂ ਆ ਆ ਕੇ ਮੈਨੂੰ ਬੈਡਰੂਮ 'ਚ ਠਾਲਣਾ ਤੇ ਏਦਾਂ ਜਸ ਚੱਲ ਚੱਲੀਏ ਯਾਰ ਕੰਮ ਕਰੀਏ ਤੇ ਕੰਮ ਤੇ ਬਸ ਨਾਲੇ ਕੰਮ ਕਰੀ ਜਾਣਾ ਫੱਟੇ ਵਿੱਚ ਕਣੇ ਫਿਰ ਗਾਈ ਜਾਣਾ ਵਿੱਚ ਫਿਰ ਬਾਅਦ ਚ ਵੀ ਮਹਿਫਲ ਲੱਗਣੀ ਜਦੋਂ ਫਰਡੇ ਹੋਣਾ ਪਤਾ ਆਉਣ ਦੋ ਛੁੱਟੀਆਂ ਨੇ ਹਾਂਜੀ ਤੇ ਬਸ ਕੀ ਗਾਉਂਦੇ ਰਹਿੰਦੇ ਸੀ ਉਦੋਂ ਆਮ ਦੂਜੇ ਗਾਇਕਾਂ ਦੇ ਹਾਂਜੀ ਦੂਸਰੇ ਗਾਇਕਾਂ ਦੇ ਮਾਨਕ ਸਾਹਿਬ ਦੇ ਬਹੁਤ ਜਿਆਦਾ ਉਦੋਂ ਆਵਾਜ਼ ਫੇਰ ਉਹ ਮੈਨੂੰ ਯਾਦ ਹੈ ਉਦੋਂ ਇੰਡੀਆ ਦਾ ਰਣਜੀਤ ਮਣੀ ਬੜਾ ਹਿੱਟ ਸੀਗਾ ਜੀ ਤੇ ਉਹਨਾਂ ਦਾ ਬ੍ਰਦਰ ਸਾਹਿਬ ਵੀ ਕੋਰ ਇੰਡੀਆ ਤੋਂ ਆਇਆ ਸੀਗਾ ਉਦੋਂ ਉਹਨੇ ਉਹ ਟੇਪਾਂ ਲੈਣੀਆਂ ਇੱਥੇ ਤਾਂ ਆਉਣੀਆਂ ਹੀ ਨਹੀਂ ਸੀਗੀਆਂ ਹਨਾ ਉਹਨਾਂ ਦਾ ਗਾਣਾ ਸੀਗਾ ਇੱਕ ਉੱਚੇ ਪੁੱਟ ਗੱਬਰੂ ਦੇ ਕੰਨੀ ਨੱਤੀਆਂ ਸੋਨੇ ਦੀ ਤੰਦੀਰੀ ਤੇ ਇੰਦਾ ਸਿਹਾ ਕੁਝ ਮੈਨੂੰ ਯਾਦ ਨਹੀਂ ਹੁਣ ਪਰ ਉਹ ਮਤਲਬ ਉਹ ਗਾਈ ਜਾਣੇ ਗੀਤ ਉਸਤਾਦ ਜੀ ਦੇ ਦਫੇ ਬਹੁਤ ਗਾਉਂਦੇ ਹੁੰਦੇ ਸੀ ਫਿਰ ਪੂਰਾ ਖਾੜਾ ਲੱਗਣਾ ਢੋਲ ਕੀ ਰੱਖੀ ਹੁੰਦੀ ਸੀ ਬੈਂ ਦੇ ਵਿੱਚ ਹਾਂ ਉਹ ਨਾਲ ਆ ਭਜਾ ਕੇ ਤੇ ਹੈ ਨਾ ਨਾਲ ਚੱਲੀ ਜਾਣਾ ਕੰਮ ਸੋ ਉਹਨਾਂ ਦਿਨਾਂ ਦੇ ਵਿੱਚ ਵੀ ਮੈਂ ਸਮਝਦਾ ਕਾਫੀ ਭੀੜ ਸੀ ਗਾਉਣ ਵਾਲਿਆਂ ਦੀ ਹਾਂ ਜੀ ਸਖਾਪਤ ਹੋਣਾ ਬਹੁਤ ਮੁਸ਼ਕਲ ਸੀ ਹਾਂਜੀ ਬਿਲਕੁਲ ਜੀ ਉਦੋਂ ਮੇਰੇ ਖਿਆਲ ਸਾਬ ਨਾਲ ਜਿਆਦਾ ਔਖਾ ਸੀਗਾ ਕਿਉਂਕਿ ਕੰਪਨੀਆਂ ਬਹੁਤ ਘੱਟ ਸੀਗੀਆਂ ਹਨਾ ਕੋਈ ਪੈਸਾ ਕਿਸੇ ਤੇ ਖਰਚੂਗਾ ਜਦ ਅੱਜਕੱਲ ਤਾਂ ਇੰਟਰਨੈਟ ਦਾ ਜ਼ਮਾਨਾ ਆ ਗਿਆ ਕੋਈ ਕਰਦਾ ਵੀ ਨਹੀਂ ਤੁਸੀਂ ਆਪ ਹੀ YouTube ਤੇ ਪਾ ਦਿਓ ਚੱਲ ਗਿਆ ਹਨਾ ਤੇ ਰ ਨਹੀਂ ਤਾਂ ਤਕਾਈ ਸੀ ਸੋ ਉਦੋਂ ਸਮੇਂ ਜਿਆਦਾ ਮੁਸ਼ਕਲ ਸੀਗਾ ਜੀ ਸਟਰਗਲ ਕੀਤੀ ਬਹੁਤ ਪਰ ਵਧੀਆ ਹੀ ਦਿਨ ਹੁਣ ਵੀ ਮੈਂ ਪਿੱਛੇ ਦੇਖਦਾ ਟੈਨਸ਼ਨ ਵਾਲੇ ਦਿਨ ਨਹੀਂ ਹੁੰਦੇ ਇਹ ਜੋ ਭਾਵੇਂ ਸਟਰਗਲ ਕਰਦੇ ਸੀ ਪਰ ਇੰਜੋਏ ਬਹੁਤ ਕਰਦੇ ਸੀ ਲੋਕਾਂ 'ਚ ਗਰੀਡਨੈਸ ਬਹੁਤ ਘੱਟ ਸੀ ਹੈਨਾ ਪਿਆਰ ਜ਼ਿਆਦਾ ਸੀਗਾ ਮੇਰੇ ਹਿਸਾਬ ਨਾਲ ਮਿਲ ਕੇ ਯਾਰ ਦੋਸਤ ਸੱਜਣ ਮਿੱਤਰ ਬਣਦੇ ਸੀ ਪਰ ਜਦੋਂ ਅਸੀਂ ਘੁੱਗੀਆਂ ਦਾ ਜੋੜਾ ਸੁਣਿਆ ਅਸੀਂ ਤਾਂ ਹੋਰ ਮਾਹੌਲ ਸੁਣਿਆ ਤੁਹਾਨੂੰ ਕਿੰਨਾ ਚਾ ਚੜਿਆ ਜਦੋਂ ਤੁਹਾਡੀ ਟੇਪ ਰਿਕਾਰਡਿੰਗ ਦੀ ਗੱਲਬਾਤ ਸ਼ੁਰੂ ਹੋਈ ਹਾਂਜੀ ਬਹੁਤ ਚਾਹ ਜੀ ਸਾਰਾ ਟੱਬਰ ਜਿੱਦਣ ਆਉਣਾ ਸੀਗਾ ਗੀਤ ਮੇਰਾ ਟੀਵੀ ਤੇ ਬੈਠਾ ਹੁੰਦਾ ਸੀ ਉਦੋਂ ਟੀਵੀ ਬੜੇ ਘੱਟ ਹੁੰਦੇ ਸੀ ਥੋੜੇ ਚੈਨਲ ਸੀਗੇ ਤੇ ਜਦੋਂ ਰਿਕਾਰਡਿੰਗ ਵੀ ਕੀਤੀ ਮਤਲਬ ਪਹਿਲਾਂ ਇੱਥੇ ਸੰਗਤਾਰ ਨੇ ਕੀਤਾ ਫਿਰ ਉਹ ਦੁਬਾਰਾ ਸ਼ਿੰਦੇ ਭਾਜੀ ਨੇ ਸ਼ੰਦਰ ਸ਼ਿੰਦਾ ਨੇ ਮਿਜ਼ਰ ਕਰਕੇ ਭੇਜਿਆ ਕਿਉਂਕਿ ਇੰਗਲੈਂਡ ਦਾ ਮਿਊਜ਼ਿਕ ਹਮੇਸ਼ਾ ਹਾਵੀ ਰਿਹਾ ਅੱਜ ਤੱਕ ਵੀ ਇੰਡੀਆ 'ਚ ਵੀ ਵਧੀਆ ਰਿਕਾਰਡਿੰਗ ਹੁੰਦੀ ਹੈ ਇੱਥੇ ਵੀ ਪਰ ਜੋ ਇੰਗਲੈਂਡ ਦੇ ਬੀਟ ਬਣਦੀ ਹੈ ਹੋਰ ਕਿਤੇ ਨਹੀਂ ਬਣਦੀ ਸੋ ਜਦੋਂ ਕਰਕੇ ਭੇਜਿਆ ਮੈਨੂੰ ਵੀ ਲੱਗਾ ਯਾਰ ਸ਼ਾਇਦ ਬਣੂ ਕੋਈ ਗੱਲ ਪਰ ਇਦਾਂ ਨਹੀਂ ਲੱਗਦਾ ਸੀ ਵੀ ਪਰ ਜਦੋਂ ਰਿਕਾਰਡਿੰਗ ਹੋ ਕੇ ਨਿਕਲਿਆ ਗਾਣਾ ਲੋਕਾਂ ਦੇ ਵਿਆਹਾਂ ਤੇ ਡੀਜੇ ਦੇ ਵੱਜਣ ਲੱਗਾ ਔਰ ਮੈਂ ਉਸ ਪਾਰਟੀ ਤੇ ਜਾਣਾ ਵੈਸੇ ਐਜ਼ ਅ ਗੈਸਟ ਉਹ ਸੁਣ ਕੇ ਬੜਾ ਅਜੀਬ ਜਿਹਾ ਲੱਗਦਾ ਹੁੰਦਾ ਸੀ ਪਰ ਯਾਰ ਲੋਕੀ ਮੇਰੇ ਗਾਣੇ ਤੇ ਨੱਚ ਰਹੇ ਨੇ ਹਨਾ ਤੇ ਫਿਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਪਿੱਛਾ ਨਹੀਂ ਵੇਖਿਆ ਉਸ ਤੋਂ ਬਾਅਦ ਤਾਂ ਫਿਰ ਹਾਂ ਜੀ ਦੇ ਚੱਲਦਾ ਹੀ ਚਲੇ ਗਿਆ ਹਾਂ ਚੱਲਦੇ ਗਿਆ ਲੱਗ ਗਿਆ ਕਿਉਂਕਿ ਸਿੰਦੇ ਭਾਜੀ ਇਹਨੂੰ ਜਦੋਂ ਮੇਰੀ ਮੁਲਾਕਾਤ ਪਹਿਲਾਂ ਹੋਈ ਆ ਕ੍ਰਿਮਨੇੜੀ ਨਾਇੰ ਦੇ ਵਿੱਚ ਇੱਥੇ ਉਹ ਢੋਲ ਵਜਾਉਣਾ ਦਿੰਦੇ ਸੀ ਗਰੁੱਪਾਂ ਦੇ ਨਾਲ ਹਨਾ ਹਰੇਕ ਗਰੁੱਪ ਦੇ ਨਾਲ ਉਹ ਤੋਂ ਹੀ ਫਿਰ ਉਹਨੇ ਜਦੋਂ ਰਿਲੀਜ਼ ਗਾਣਾ ਹੋਇਆ ਕਹਿੰਦਾ ਮਿੱਤਰਾ ਜੇ ਦਾ ਕੁਝ ਕਰਨਾ ਜ਼ਿੰਦਗੀ ਆਪਣਾ ਟੈਂਡ ਫੋੜੀ ਚੱਕੇ ਹਾਂ ਜੀ ਇੰਗਲੈਂਡ ਨੂੰ ਆ ਜਾਓ ਬਸ ਫਿਰ ਉਹ ਦੱਸੇ ਜੇ ਨਾ ਸੀਗੀ ਮੇਰੀ ਮੈਂ ਜਾ ਕਾਲਜ ਜਾਵਾਂ ਜੀ ਤੇ ਜਾ ਮੈਂ ਫਿਰ ਉਧਰ ਨੂੰ ਜਾਵਾਂ ਧਿਆਨ ਇੱਧਰ ਨੂੰ ਜਾਦਾ ਸੀਗਾ ਇਹ ਚਲੋ ਟਰਾਈ ਕਰ ਲੈਂਦੇ ਨਹੀਂ ਛੱਤਾਂ ਦਾ ਕਿਤੇ ਗਈਆਂ ਹੀ ਨਹੀਂ ਉਹ ਤਾਂ ਬਣਾਈ ਜਾਵਾਂਗੇ ਸੋ ਇੰਗਲੈਂਡ ਦੇ ਵਿੱਚ ਜਾ ਕੇ ਦੱਸ ਰੀਅਲ ਤੁਸੀਂ ਫਿਰ ਪ੍ਰਾਪਤੀਆਂ ਕੀਤੀਆਂ ਨੇ ਉਜੀ ਉਦੋਂ ਕਿਹੜੇ ਕਿਹੜੇ ਗਾਣੇ ਆਏ ਜਦੋਂ ਤੁਸੀਂ ਇੰਗਲੈਂਡ ਗਏ ਹੋ ਹਾਂ ਜੀ ਇੰਗਲੈਂਡ ਪਹਿਲਾਂ ਚਲੋ ਰਿਲੀਜ਼ ਹੋ ਚੁੱਕਾ ਸੀ ਮੇਰਾ ਇੱਥੇ ਘੁਗਿਆਂ ਦੇ ਜੋੜੇ ਟੇਪ ਸੀਗੀ ਵਧੀਆ ਰਹੀ ਔਰ ਉਹ ਉੱਥੇ ਵੀ ਕਿਸੇ ਨੇ ਪਾਰੇ ਸੀ ਕੀਤੀ ਟੇਪ ਜਾ ਕੇ ਸੋ ਇਹਦਾ ਮਤਲਬ ਹੈ 뮤직 ਪਸੰਦ ਕਰਨ ਲੱਗ ਗਿਆ ਮੇਰਾ ਹਨਾ ਤੇ ਫਿਰ ਅਗਲੀ ਰਿਕਾਰਡਿੰਗ ਅਸੀਂ ਕੀਤੀ ਗੈਟ ਬੈਕ ਉਹ ਇੱਥੇ ਆ ਕੇ ਪਹਿਲੇ ਕੀਤੀ ਆ ਉਹ ਆਈਡੀਆ ਸਾਡਾ ਇਹ ਸੀ ਵੀ ਰੀਮਿਕਸ ਕਰਨੀ ਆ ਇੱਕ ਗਾਣਾ ਨਵਾਂ ਪਾਵਾਂਗੇ ਬਾਕੀ ਰੀਮਿਕਸ ਹੋ ਹੌਲੀ ਹੌਲੀ ਪੂਰੀ ਟੇਪ ਹੀ ਬਣ ਗਈ ਤੇ ਉਹ ਬੋਬੀ ਨਾਗਰਾ ਜੀ ਉਹਨਾਂ ਨੇ ਟੇਪ ਕੀਤੀ ਸੀਗੀ ਤੇ ਪਰ ਸਾਨੂੰ ਐਂਡ ਤੇ ਘੂਗੀਆਂ ਦੇ ਜੋੜੇ ਤੋਂ ਬਾਅਦ ਉਹ ਸਾਨੂੰ ਚੰਗੀ ਨਹੀਂ ਲੱਗਦੀ ਸੀ ਟੇਪ। ਹਮਮ ਜਾਨੀ ਗੈਨ ਪੂਰਾ ਪ੍ਰੋਮੋਸ਼ਨ ਵੀ ਹੋ ਚੁੱਕੀ ਆ ਰਿਲੀਜ਼ ਡੇਟ ਤੇ ਆ ਗਾਣੇ ਵਿੱਚ ਚੱਲ ਚੁੱਕੇ ਸੀ ਇਹਦਾ ਅਸੀਂ ਰਾਤ ਨੂੰ ਬੈਠੇ ਸੀਗਾ ਯਾਰ ਫੇ ਰੋਕ ਲਈਏ ਟੇਪ ਪਰ ਉਹ ਫੇਰ ਉਹ ਕੁਦਰਤੀ ਜੋ ਮਾਲ ਕਰਦਾ ਸਹੀ ਕਰਦਾ ਉਹ ਜੋ ਜਿਹੜਾ ਗਾਣਾ ਸੀਗਾ ਗੁੱਟ ਉੱਤੇ ਬੰਨ ਕੇ ਰਮਾਲ ਨਾਗ ਵਾਂਗੂ ਮੇਲਦੀ ਫੇਰੇ ਉਹ ਗਾਣਾ ਡੀਜੇ ਦੇ ਫੇਰ ਚੱਲ ਗਿਆ ਹਨਾ ਪਰ ਅਸੀਂ ਉਸ 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 ਤੇਵ ਤੋਂ ਸੰਤੋਖ ਨਹੀਂ ਸਕੇ ਨੇ ਬੇਟਰ ਹੋ ਸਕਦਾ ਸੀ ਕੰਮ ਹਾਂਜੀ ਤੇ ਉਸ ਤੋਂ ਬਾਅਦ ਤਾਂ ਫਿਰ ਹਨੇਰੀ ਆ ਗਈ ਹਾਂਜੀ ਫਿਰ ਲੰਡਨੋਂ ਵਟੋਲਾ ਜੀ ਜਿਹੜਾ ਰਿਕਾਰਡਿੰਗ ਇਹ ਤੋਰੇ ਤਾਂ ਫਿਰ ਮਤਲਬ ਮਿਆਰ ਚੱਕਤਾ ਉੱਤੇ ਹਾਂ ਹਾਂਜੀ ਪਰ ਜਿਹੜੀ ਬਾਅਦ ਤੁਸੀਂ ਹੁਣ ਲੇਟਲੀ ਕੁਝ ਧਾਰਮਿਕ ਗਾਣੇ ਕੀਤੇ ਹਾਂਜੀ ਜਿਹਦੇ ਵਿੱਚ ਮੇਰਾ ਖਿਆਲ ਆ ਇਸ ਤੋਂ ਪਹਿਲਾਂ ਉਸ ਤਰ੍ਹਾਂ ਦੇ ਧਾਰਮਿਕ ਗਾਣੇ ਨਹੀਂ ਬਾਬੇ ਨਾਨਕ ਦੀ ਤੁਸੀਂ ਗਾਏ ਉਸ ਤੋਂ ਬਾਅਦ ਹਾਂ ਜੀ ਬਸਾਖੀ ਦੇ ਮੌਕੇ ਤੇ ਇੱਕ ਰਿਲੀਜ਼ ਹੋਈ ਥੋੜੀ ਟੇਪ ਜਿਹੜੀ ਉਥਾਂ-ਥਾਂ ਤੇ ਚੱਲੀ ਹਾਂਜੀ ਬਿਲਕੁਲ ਧਾਰਮਿਕ ਮੋੜ ਕਿਵੇਂ ਆ ਗਿਆ ਸੁਖਸ਼ਿੰਦਰ ਚੰਦੇ ਦਾ ਪ੍ਰਭਾਵ ਸੀ ਹਾਂ ਜੀ ਬਿਲਕੁਲ ਪ੍ਰਭਾਵ ਪਾਜੀ ਦਾ ਬਹੁਤ ਹੈ ਜੀ ਜੈਜੀ ਵੀ ਮੈਂ ਕਹਿੰਦਾ ਵੀ ਉਹ ਸੁਖਸ਼ਿੰਦਰ ਚੰਦ ਦਾ ਮੇਰੀ ਰੇਡ ਦੀ ਹੱਡੀ ਆ ਅਨਾਂ ਕਿਉਂਕਿ ਮੈਂ ਜਦੋਂ ਇੰਗਲੈਂਡ ਗਿਆ ਵੀ ਪਹਿਲਾਂ ਮੈਂ ਉੱਥੇ ਕੱਲ ਇਕੱਠੇ ਰਹਿੰਦੇ ਹੁੰਦੇ ਸੀ ਚਾਰ ਪੰਜ ਮੁੰਡੇ ਮਦਨ ਮਦੀਮਾ ਜਸੀ ਭਾਈ ਸਾਰੇ ਇਦਾਂ ਉਹ ਗਲਤ ਪਾਸੇ ਨੂੰ ਵੀ ਹੋ ਸਕਦਾ ਬੰਦਾ ਕੰਪਨੀ ਉਦਾਂ ਦੀ ਹੋਵੇ ਪਰੋਸ਼ਿੰਦਾ ਭਾਈ ਦਾ ਸੁਭਾਅ ਇਦਾਂ ਦਾ ਵੀ ਬਸ 뮤직 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 ਨਾ ਯਾ ਉਹ ਇਨਸਟਰੂਮੈਂਟਲ ਬਸ ਇਨਸਟਰੂਮੈਂਟਲ ਉਹ ਕੋਈ ਕੰਮ ਕਰਕੇ ਵੀ ਮੁੰਡਾ ਆ ਰਿਹਾ ਉਹ ਨਹੀਂ ਅਸੀਂ ਜਾਨੂੰ ਵਿਲੇ ਹੁੰਦੇ ਸੀ ਬਸ ਅਸੀਂ ਹਰਮੋਨੀਆ ਵਗੜ ਕੇ ਗਾਇ ਬਜਾਈ ਜਾਣਾ ਜੀ ਇਹੀ ਚੱਲਦਾ ਹੁੰਦਾ ਸੀ ਨਵੇਂ ਤਰਜ਼ ਬਣਾ ਲਾ ਨਵਾਂ ਗਾਣਾ ਬਣ ਗਿਆ ਉਹੀ ਰਿਆਜ਼ ਆ ਸਾਡਾ ਤੇ ਉਹੀ ਫਿਰ ਕੰਮ ਆ ਰਿਹਾ ਜੀ ਅੱਜ ਕੱਲ੍ਹ ਹੈਨਾ ਸੋ ਜਿਹੜੀ ਸੀ ਗਾਇਆ ਬਾਣੀ ਬਾਬੇ ਨਾਨਕ ਦੀ ਹਾਂਜੀ ਉਹ ਜਿਹੜੀ ਐਲਬਮ ਸੀ ਹਾਂਜੀ ਉਹਨੇ ਕਿੰਨਾ ਤੁਹਾਨੂੰ ਹੁਲਾਰਾ ਦਿੱਤਾ ਹਾਂਜੀ ਬਹੁਤ ਵਧੀਆ ਜਿਹੜੀ ਮੇਰੀ ਪਹਿਲੀ ਕੈਸਟ ਵੀ ਸੀਗੀ ਸਿੰਘਾਂ ਦੇ ਕੌਮ ਬਹਾਦਰ ਹੈ ਉਹ ਵੀ ਸੋਚ ਸਾਡੀ ਹਮੇਸ਼ਾ ਪਹਿਲਾਂ ਤੋਂ ਇਹੀ ਰਹੀ ਆ ਕਿਉਂਕਿ ਸ਼ਿੰਦਾ ਬਾਜੇ ਵੀ ਉਹਨਾਂ ਦੇ ਬ੍ਰਦਰ ਵੀ ਕੀਰਤਨ ਕਰਦੇ ਰਹੇ ਆ ਭਾਵੇਂ ਉਹਨੇ ਅਮਰਤ ਨਹੀਂ ਛਕਿਆ ਸੀ ਲੇਕਿਨ ਗਰਬਾਣੀ ਨਾਲ ਬਹੁਤ ਜੁੜੇ ਹੋਏ ਸੀਗੇ ਗਰਬਾਣੀ ਬਾਰੇ ਬੜਾ ਉਹਨਾਂ ਨੂੰ ਵਿਚਾਰ ਬੜਾ ਹੁੰਦਾ ਏ ਜਦੋਂ ਉਹਨਾਂ ਦੇ ਨਾਲ ਬੈਠਣਾ ਉਹ ਇਹੋ ਜਿਹੇ ਬੰਦੇ ਸੀ ਵੀ ਜਦੋਂ ਕਿਤੇ ਖਾਂਡ ਪਾਠ ਹੋਣਾ ਨਾ ਉਹਦੇ ਭਾਈ ਨੇ ਸ਼ਲੋਕ ਗਲਤ ਪੜਤਾ ਉਹ پکڑ ਲਾਂਦੇ ਹੈ ਅੱਛਾ ਹਨਾ ਇੰਨੀ ਨੌਲੇਜ ਹੈਗੀ ਉਹਨਾਂ ਨੂੰ ਹਨਾ ਸੋ ਕੁਦਰਤੀ ਫਿਰ ਉਹ ਮਾਹੌਲ ਇਦਾਂ ਦਾ ਬਣਿਆ ਤੇ ਉਹ ਫਿਰ ਸੋਚ ਹੀ ਸੀਗੀ ਵੀ ਕਮਰਸ਼ੀਅਲ ਚੀਜ਼ਾਂ ਤਾਂ ਆਪਾਂ ਕਰਨੀਆਂ ਹੈ ਕਰਨੀਆਂ ਲੇਕਿਨ ਉਹਦੇ ਨਾਲ ਜਿਹੜਾ ਧਾਰਮਕ ਆ ਹਨਾ ਭਾਵੇਂ ਆਪਣੀ ਧਾਰਮਕ ਦੇਖਣੀ ਹੈ ਪਰ ਅੰਦਰੋਂ ਮਾਲਕ ਨੂੰ ਮੰਨਣ ਵਾਲੇ ਬੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਬੰਦੇ ਆ ਸੋ ਇਸ ਕਰਕੇ ਉਹ ਉਹ ਜਾਰੀ ਰਹੂਗਾ ਜਦ ਤੱਕ ਕਮਰਸ਼ੀਅਲ ਤਾਂ ਚੱਲੀ ਜਾਣੀਆਂ ਨੇ ਥੋਡੇ ਨਾਲ ਦੇ ਜਿਹਨਾਂ ਤੁਸੀਂ ਜ਼ਿਕਰ ਕੀਤਾ ਥੋਡੇ ਸਮਕਾਲੀ ਸੀ ਜਿਹੜੇ ਉਹ ਤਕਰੀਬਨ ਤਕਰੀਬਨ ਥੋਡੇ ਵਰਗੀਆਂ ਐਫਰਟਸ ਕਰਦੇ ਰਹੇ ਇਹ ਕੀ ਵਜ੍ਹਾ ਹੋਈ ਕਿ ਤੁਸੀਂ ਇਕਦਮ ਤਰੂਤਾ ਰੇਵਾਂਗ ਨਿਕਲ ਗਏ ਤੇ ਉਹ ਤੁਹਾਡੇ ਨਾਲ ਰਲ ਨਾ ਸਕੇ ਹਾਂਜੀ ਹਾਂਜੀ ਬਸ ਇਹ ਦੇਖੋ ਜੀ ਕੁਦਰਤੀ ਗੱਲ ਹੈ ਉਸਤਾਦ ਜੀ ਕਹਿੰਦੇ ਨੇ ਵੀ ਲੀਹਾਂ ਪਾਉਣੀਆਂ ਔਖੀਆਂ ਨੇ ਮਗਰ ਗੱਡਾ ਜਿਹੜਾ ਮਰਜ਼ੇ ਖੇਤੀ ਜਾਵੇ ਹੈਨਾ ਪਰ ਉਹ ਪਹਿਲਾਂ ਤੋਂ ਉਹਨਾਂ ਨੇ ਦੱਸੀ ਸੀ ਗੱਲ ਵੀ ਕਿਸੇ ਦੀ ਕਾਪੀ ਨਹੀਂ ਕਰਨੀ ਆਪਣਾ ਕੰਮ ਕਰਨਾ ਨਹੀਂ ਮੈਂ ਵੀ ਉਸਤਾਦ ਜੀਆਂ ਨੂੰ ਕਾਪੀ ਕਰ ਸਕਦਾ ਸੀ ਜਿਵੇਂ ਉਹ ਲੋਕੀ ਕਹਿੰਦੇ ਨੇ ਮੇਰੇ ਉਹਨਾਂ ਨੂੰ ਹਾਂ ਮੈਂ ਉਹਨਾਂ ਨੂੰ ਕਾਪੀ ਕਰਦਾ ਗਾਉਣ ਦੇ ਵਿੱਚ ਲੇਕਿਨ ਮੈਂ ਆਪਣੀ ਦੇਖ ਆਪਣੀ ਇੱਕ ਨਵੀਂ ਬਣਾਈ ਆ ਕੋਸ਼ਿਸ਼ ਕੀਤੀ ਆ ਵੀ ਨਵੀਂ ਚੀਜ਼ ਪੇਸ਼ ਕਰੀਏ ਸੋ ਇਹੀ ਗੱਲ ਆ ਜਦੋਂ ਤੁਸੀਂ ਆਪਣਾ ਕੰਮ ਕਰੋਗੇ ਉਹ ਵੱਖਰਾ ਇੱਕ ਤੁਹਾਡਾ ਮਿਆਰ ਬਣੂਗਾ ਵੱਖਰੀ ਪਛਾਣ ਬਣੋਗੇ ਵੱਖਰੀ ਪਛਾਣ ਬਣਾਉਣੀ ਬਹੁਤ ਔਖੀ ਆ ਤੁਹਾਡੀ ਦੇਖਦੀ ਤੁਸੀਂ ਖੂਬ ਗੱਲ ਕੀਤੀ ਆ ਤੁਹਾਡੇ ਟੈਟੂ ਤੁਹਾਡਾ ਲਿਬਾਸ ਤੁਹਾਡੇ ਸੋਹਣੇ ਨਾਲ ਮੁਹੱਬਤ ਇਹ ਗੱਲਾਂ ਬਹੁਤ ਲੋਕਾਂ ਨੂੰ ਖੈ ਚੰਗੀਆਂ ਵੀ ਲੱਗਦੀਆਂ ਪਰ ਜਿਹੜਾ ਢਾਡੀ ਕਲਾ ਨੂੰ ਅਪਣਾ ਲੈਣਾ ਤੇ ਢਾਡੀ ਕਲਾ ਦੇ ਵਿੱਚ ਕਈ ਤਬਦੀਲੀਆਂ ਕਰਕੇ ਉਹਨੂੰ ਪੇਸ਼ ਕਰ ਦੇਣਾ ਤੁਹਾਡੇ ਗਾਣਿਆਂ ਦੇ ਵਿੱਚ ਜੀ ਦਾ ਅਕਸਰ ਜਿਤਰਾਏਗਾ ਹਾਂ ਹਾਂ ਉਹ ਚੱਕਦਾ ਜਮਿਆਰ ਇਹ ਕਿੱਥੋਂ ਆਇਆ ਹੀ ਬਸੇ ਅਮਰ ਸਿੰਘ ਸ਼ੌਂਕੀ ਜੀ ਉਹਨਾਂ ਨੂੰ ਵੀ ਬੜਾ ਸੁਣਿਆ ਔਰ ਉਸਤਾਦ ਜੀ ਦੀਆਂ ਵੀ ਜਿਹੜੀਆਂ ਪ੍ਰਾਣੀਆਂ ਤਰਜ਼ਾਂ ਨੂੰ ਤਕਰੀਬਨ ਢਾਡੀ ਸਟਾਈਲ ਨੇ ਹੈਨਾ ਤੇ ਉਹ ਜਿਹੜੀ ਫੋਕ ਚੀਜ਼ ਆ ਉਹ ਸੰਧ ਸਾਬ ਕਦੇ ਮਰ ਨਹੀਂ ਸਕਦੀ ਹੈਨਾ ਤੇ ਉਹਨੂੰ ਤੁਸੀਂ ਵੈਸਟਰਨ 뮤직 ਇਸ ਥੋੜਾ ਜਿਹਾ ਫਿਟ ਕਰਨਾ ਠੀਕ ਹੈ ਨਾ ਉਹ ਫਿਰ ਲੋਕਾਂ ਨੂੰ ਉਹ ਜਿਹੜਾ ਮਿਸ਼ਨ ਐਂ ਦੋਹਾਂ ਦਾ ਕੋਲਾਬੋਰੇਸ਼ਨ ਪਸੰਦ ਆਉਂਦਾ ਹੁਣ ਇਧਰ ਵਾਲੇ ਨਿਆਣਿਆਂ ਨੂੰ ਭਾਵੇਂ ਕਈ ਸਮਝ ਨਹੀਂ ਆਉਂਦੀਆਂ ਗੱਲਾਂ ਹੈਨਾ ਦਾ ਇਹ ਮੇਰਾ ਗਾਣਾ ਨਾ ਆ ਗਿਆ ਸਗਾ ਉਹ ਮਤਲਬ ਜਿਹੜੇ ਬਿਹਾਰ ਦੇ ਲੋਕ ਨੇ ਭਈਏ ਨੇ ਉਹਨਾਂ ਚ ਵੀ ਗੀਤ ਵੱਜੇ ਉਹਨਾਂ ਦੇ ਵਿਆਹਾਂ ਦੇ ਗੀਤ ਵੱਜਦਾ ਅੱਜ ਤੱਕ ਤੇ ਉਹਨਾਂ ਨੂੰ ਸਮਝ ਤਾਂ ਆਉਂਦਾ ਨਹੀਂ ਮੈਂ ਕਹਿੰਨਾ ਕਿ ਪਰ ਉਹ ਜਿਹੜੀ ਕੰਪੋਜ਼ਿੰਗ ਜਾਂ ਜਿਆ ਤਰਜਿਆ ਜਾਂ ਸਾਡਾ ਫੋਕ ਆ ਸਰੰਗੀ ਵੱਜਦੇ ਆ ਉਹ ਉਹਨਾਂ ਨੂੰ ਨਵੀਂ ਚੀਜ਼ ਲੱਗਦੀ ਆ ਕੋਈ ਦੋ ਬੋਲ ਜ਼ਰੂਰ ਸੁਣਾਓ ਸਾਡੇ ਸੁਣਨ ਵਾਲੇ ਹਾਂਜੀ ਬਿਲਕੁਲ ਜੀ ਕੋਈ ਕੀਲਸ ਪੇਰਾ ਲੈ ਜੂਗਾ ਨਹੀਂ ਨਾਗ ਸਾਂਭ ਲੈ ਜ਼ੁਲਫਾਂ ਦੇ ਤੇਰੀ ਜਾਨ ਤੇਰੀ ਜਾਨ ਨੂੰ ਕਜਿਆ ਪੈ ਜੂਗਾ ਨੀ ਨਾਗ ਸਾਂਭ ਲੈ ਜ਼ੁਲਫਾਂ ਦੇ ਨੀ ਨਾਗ ਸਾਂਭ ਲੈ ਜ਼ੁਲਫਾਂ ਦੇ ਅੱਛਾ ਥੋੜੀ ਜਿਹੀ ਨਾ ਇੱਕ ਆਮ ਕਾਮਨ ਮੈਨ ਦੀ ਅਪਰੋਚ ਸੀ ਜਿਹਨੂੰ ਤੁਸੀਂ ਮਿਲਣਾ ਹਾਲੇ ਵੀ ਆਕੜ ਨਹੀਂ ਆਈ ਇਨ ਕੰਟਰੋਲ ਲੀ ਕੀ ਕਰਦੇ ਰਹੇ ਨੇ ਉਹ ਨਹੀਂ ਤੇ ਨਖਰੇ ਬਹੁਤ ਕਰਦੇ ਗਾਉਣ ਵਾਲੇ ਨੇ ਹਾਂ ਬਹੁਤ ਨਖਰੇ ਆ ਜੀ ਬਹੁਤ ਨਖਰੇ ਆ ਕੌਣ ਪੀਂਗਾ ਇਧਰ ਉਧਰ ਗੱਲਾਂ ਦਾ ਹੈ ਨਾ ਇਹ ਇਹ ਕੀ ਨਹੀਂ ਰੱਖ ਦਿਓ ਤੁਹਾਨੂੰ ਬਸ ਇਹ ਬਸ ਮਾਲਕ ਦਾ ਸ਼ੁਕਰਾਨਾ ਹੀ ਕਰੀਦਾ ਜੀ ਅਰਦਾਸ ਵੀ ਕਰੀਦੇ ਬਸ ਗਰੀਡੀ ਨਾ ਸੁਣਾ ਲਿਆ ਹੋਏ ਕਦੇ ਹਨਾ ਕਦੇ ਵੀ ਇਦਾਂ ਦਾ ਵਕਤ ਨਾ ਹੋਵੇ ਕਹੇ ਯਾਰ ਬੰਦੇ ਜਾਕੜ ਬਹੁਤ ਹੈ ਮੈਂ ਤੁਹਾਨੂੰ ਗੱਲ ਦੱਸਦਾ ਇੰਡੀਆ 'ਚ ਇਦਾਂ ਹੀ ਨਾ ਇੱਕ ਬੰਦਾ ਮੈਨੂੰ ਮਿਲਿਆ ਕਿ ਚਲੋ ਕੁਦਰਤ ਇਦਾਂ ਕਈ ਵਾਰਾ ਹੋ ਜਾਂਦਾ ਵੀ ਅਸੀਂ ਕਿਸੇ ਨੂੰ ਦੇਖਿਆ ਨਹੀਂ ਤੇ ਅਸੀਂ ਲੰਗਰੀ ਦਾ ਗੋਲ ਦੇ ਜਾ ਕੋਈ ਤੇ ਮੈਂ ਹਮਰਚ ਆਪਣੇ ਨੇ ਜਾ ਰਿਹਾ ਸੀ ਤੇ ਉਹਨੇ ਮੇਰਾ ਸ਼ੀਸ਼ਾ ਖੁੱਲ੍ਹਿਆ ਸੀ ਕੁਦਰਤੀ ਕਹਿੰਦਾ ਲੈ ਵੇ ਹੁਣ ਹਮਰ ਆ ਗਿਆ ਤੇ ਆਕੜ ਆ ਗਈ ਉਹ ਮੈਨੂੰ ਗੱਲ ਸੁਣ ਕੇ ਮੈਂ ਰੋਕੀ ਮੈਂ ਕਿਹਾ ਯਾਰ ਇਦਾਂ ਦੀ ਗੱਲ ਨਹੀਂ ਮੈਂ ਕਿਹਾ ਮੈਂ ਉਹ ਬ ਪੁਰਾਣੇ ਦਿਨ ਨੇ ਭੁੱਲੇ ਅਸੀਂ ਮਰੂਤੀ ਚ 8-8 ਬੰਦੇ 9-9 ਬੰਦੇ ਬੈਠ ਕੇ ਪ੍ਰੋਗਰਾਮ ਲਾਉਂਦੇ ਜਾ ਰਹੇ ਆ ਤੇ ਅੱਜ ਮਾਲਕ ਦੀ ਕਿਰਪਾ ਹਮਰਾ ਪ੍ਰਾਕੜ ਓਕੜ ਕੋਈ ਨਹੀਂ ਮੈਨੂੰ ਨਹੀਂ ਮੈਂ ਦੇਖਿਆ ਤਾਂ ਮਾਫੀ ਮੰਗਦਾ ਸੋ ਇਦਾਂ ਕਈ ਵਾਰ ਹੋ ਜਾਂਦਾ ਮਿਸ ਅੰਡਰਸਟੈਂਡਿੰਗ ਪਰ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਬੰਦਾ ਕੋਈ ਫੋਟੋ ਖਿਚਾਉਣੀ ਕਿਸੇ ਨੇ ਜਾਂ ਇਦਾਂ ਕੁਝ ਵੀ ਪੁਰਾਣੇ ਬੰਦਿਆਂ ਨੂੰ ਕਦੇ ਭੁੱਲੇ ਨਹੀਂ ਜੀ ਨਾ ਭੁੱਲਣ ਦੀ ਕੋਸ਼ਿਸ਼ ਹੁੰਦੀ ਆ ਪਰ ਜਿਹੜੀ ਇਹ ਨਰਮਾਈ ਹੈ ਸ਼ਾਇਦ ਇਹ ਪੇ-ਆਫ ਕਰ ਰਹੀ ਆ ਅੱਛਾ ਮੈਨੂੰ ਇਹ ਦੱਸੋ ਵੀ ਉਦੋਂ ਤੱਕ ਤਾਂ ਇੰਗਲੈਂਡ ਤੋਂ ਬਾਅਦ ਥੋੜੀਆਂ ਤੀ ਟਿਪਾਂ ਜਿਹੜੀਆਂ ਸੀ ਉਹ ਸਾਰੀਆਂ ਚੱਲ ਗਈਆਂ ਜਦੋਂ ਤੁਸੀਂ ਲਾਈਵ ਗਾਉਣੇ ਹੋ ਲੋਕਾਂ ਦੇ ਸਾਹਮਣੇ ਜਾ ਕੇ ਹਜ਼ਾਰਾਂ ਦੀ ਗਿਣਤੀ ਚ ਲੋਕ ਬੈਠੇ ਹੁੰਦੇ ਨੇ ਬਹੁਤ ਸਾਰੇ ਗਾਉਣ ਵਾਲੇ ਨੇ ਮੈਨੂੰ ਦੱਸਿਆ ਕਿ ਉਹ ਫੀਲਿੰਗ ਵੱਖਰੀ ਹੈ ਔਰ ਤੁਸੀਂ ਇੱਕ ਤੁਹਾਡੇ ਵਰਗਾ ਮੁੰਡਾ ਵੈਸੇ ਉਹ ਪੇਸ਼ ਕਰ ਦਿੰਦੇ ਕਈ ਵਾਰੀ ਹਾਂਜੀ ਉਹ ਤੁਸੀਂ ਨਹੀਂ ਹੁੰਦੇ ਹਾਂਜੀ ਹਾਂ ਰੋ ਵਿਆਹਾਂ ਤੇ ਜਿਹੜੇ ਹਾਂ ਦੀ ਇੱਕ ਥੋੜੀ ਸੀੜੀ ਹੁੰਦੀ ਆ ਪਰ ਲੋਕ ਇੱਕਦਮ ਉਹਦੇ ਤਾੜੀਆਂ ਮਾਰ ਲੱਗ ਜਾਂਦੇ ਨੇ ਜੋ ਤੁਸੀਂ ਰੀਅਲੀ ਆਪ ਜਾਣੇ ਹੋ ਫੇਸ ਕਰਦੇ ਹੋ ਆਡੀਅנס ਨੂੰ ਉਹਨੂੰ ਕਿਵੇਂ ਮਹਿਸੂਸ ਹੁੰਦਾ ਆ ਬਹੁਤ ਵਧੀਆ ਮੈਸੇਜ ਹੁੰਦਾ ਜਿੱਦਾਂ ਹੁਣ ਮੈਂ ਆ ਤੁਸੀਂ ਗੱਲ ਛੇੜੀ ਵੀ ਆ ਮਤਲਬ ਬਹੁਤ ਖਾੜਿਆਂ ਜਿਹੇ ਇਦਾਂ ਹੁੰਦੇ ਨੇ ਪਰ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਵੀ ਕਾਪੀ ਓਸੀ ਚੀਜ਼ ਦੀ ਹੁੰਦੀ ਆ ਜਿਹੜਾ ਪਪੂਲਰ ਹੋਵੇ ਜਦੋਂ ਐਲਵਸ ਆ ਐਲਵਸ ਨੂੰ ਲੋਕੀ ਅਜੇ ਤੱਕ ਕਿੰਨੇ ਕਾਪੀ ਕਰਦੇ ਸੋ ਮੈਂ ਤਾਂ ਆਪਣੇ ਆਪ ਨੂੰ ਐਲਵਸ ਮੰਨਣ ਲੱਗ ਗਿਆ ਐਨੇ ਲੋਕ ਕਾਪੀ ਕਰਦੇ ਨੇ ਪਰ ਉਹ ਫੀਲਿੰਗ ਬੜੀ ਵਧੀਆ ਹੁੰਦੀ ਆ ਅਸੀਂ ਇੱਕ ਸ਼ੋ ਵੀ ਇੰਡੀਆ ਚ ਕੀਤਾ ਸੀਗਾ ਉੱਥੇ ਮੈਂ ਸਾਰੇ ਜਿੰਨੇ ਡੁਪਲੀਕੇਟ ਸੀ ਨਾ 20 25 ਡੁਪਲੀਕੇਟ ਮੰਗਾਇਆ ਆਪਣੇ ਸ਼ੋ ਤੇ ਹੀ ਪਹਿਲਾਂ ਉਹਨਾਂ ਨੂੰ ਭੇਜਿਆ ਗੱਲੇ ਗੱਲੇ ਨੂੰ ਉਹ ਇੱਕ ਵਧੀਆ ਅੰਦਾਜ਼ ਮਤਲਬ ਕਰਨ ਦਾ ਫਿਰ ਮੈਂ ਆਪ ਆਇਆ ਜੀ ਹੈਨਾ ਕੋਈ ਵਧੀਆ ਅਗਲੇ ਦੀ ਰੋਜੀ ਰੋਟੀ ਚੱਲਦੀ ਆ ਆਪਾਂ ਨੂੰ ਕੋਈ ਮਾਇਨ ਨਹੀਂ ਜੀ ਪਰ ਜੇ ਤੁਸੀਂ ਜਾ ਕੇ ਗਾਉਣੇ ਹੋ ਲਾਈਵ ਗਾਉਣੇ ਹੋ ਪਰਫਾਰਮੈਂਸ ਕਰਦੇ ਹੋ ਉਹਦਾ ਅਲੱਗ ਮਜ਼ਾ ਇਹੀ ਗੀਤ ਜਦੋਂ ਤੁਸੀਂ ਉੱਥੇ ਗਾਉਣੇ ਹੋ ਹਾਂ ਉੱਥੇ ਜ਼ਿਆਦਾ ਫੀਲਿੰਗ ਆਉਂਦੀ ਹੈ ਬਹੁਤ ਫੀਲਿੰਗ ਆਉਂਦੀ ਹੈ ਕਿਉਂਕਿ ਉੱਥੇ ਕਰਾਊਡ ਹੁੰਦਾ ਹਨਾ ਜਿਦਾਂ ਇੰਡੀਆ 'ਚ ਮੇਲੇ ਹੁੰਦੇ ਨੇ ਬੜੇ ਕਬੱਡੀ ਟੂਰਨਾਮੈਂਟ ਨੇ ਸੋ ਉਹਨਾਂ ਦੇ ਨਾਲ ਗਾ ਕੇ ਉਹ ਇਨਵੋਲਵ ਹੋ ਜਾਂਦੇ ਨੇ ਤੁਹਾਡੇ ਵਿੱਚ ਹਨਾ ਜੇ ਮੈਂ ਕਹਾਂ ਜੀ ਨੇ ਮੇਰਾ ਦਿਲ ਲੁੱਟਿਆ ਉਹ ਉਹ ਕਹਿਣਗੇ ਉਹ ਉਹ ਫਿਰ ਇੱਕ ਇਨਵੋਲਵਮੈਂਟ ਬਹੁਤ ਹੁੰਦੀ ਹੈ ਉਹ ਗਾਉਣ ਦਾ ਫਿਰ ਹੋਰ ਮਜ਼ਾ ਆਉਂਦਾ ਬਹੁਤ ਔਰ ਹੁਣ ਫਿਲਮਾਂ ਦੇ ਵਿੱਚ ਤੁਹਾਡਾ ਜਿਹੜਾ ਫਿਲਮੀ ਦੌਰ ਚੱਲਿਆ ਮੇਰਾ ਖਿਆਲ ਹੈ ਕਿ ਕਾਫੀ ਪਹਿਲਾਂ ਤੁਸੀਂ ਮੈਨੂੰ ਇੱਕ ਇੰਟਰਵਿਊ ਦੱਸਿਆ ਸੀ ਕਿ ਮੈਨੂੰ ਫਿਲਮਾਂ ਫਿਲਮਾਂ ਚ ਕਹਿੰਦੇ ਪਰ ਹਾਲੇ ਮੇਰੀ ਕੋਈ ਦਿਲਚਸਪੀ ਨਹੀਂ ਮੈਂ ਪਹਿਲਾਂ ਇੱਕ ਗੌਣ ਵਾਲੇ ਦੇ ਤੌਰ ਤੇ ਮੁਕੰਮਲ ਤੌਰ ਤੇ ਸਥਾਪਿਤ ਹੋ ਕੇ ਕੀ ਐਕਸਪੀਰੀਮੈਂਟ ਕਰਨਾ ਚਾਹਣਾ ਬਿਲਕੁਲ ਕਿਵੇਂ ਰਿਹਾ ਐਕਸਪੀਰੀਮੈਂਟ ਤੇ ਕਿਵੇਂ ਰਹੀ ਫਿਲਮ ਇੰਡਸਟਰੀ ਹਾਂਜੀ ਬਹੁਤ ਵਧੀਆ ਰਿਹਾ ਜੀ ਐਕਸਪੀਰੀਮੈਂਟ ਪਹਿਲੀ ਫਿਲਮ ਜਿਹੜੀ ਬੈਸਟ ਆਫ ਲੱਕ ਸੀਗੀ ਉਹਦਾ ਕਿਰਦਾਰ ਵੀ ਮੈਂ ਆਪਣੇ ਲਾਗੇ ਛਾਕੇ ਚੁਣਿਆ ਕਿਉਂਕਿ ਕਈ ਵਾਰਾ ਬੈਕ ਫਾਇਰ ਹੋ ਜਾਂਦਾ ਹੈ ਜਿਹੜਾ ਸਿੰਗਰਾਂ ਦੀ ਹਰੇਕ ਸਿੰਗਰ ਦੀ ਅੱਖ ਜ਼ਰੂਰ ਹੁੰਦੀ ਹੈ ਵੀ ਮੈਂ ਵੱਡੇ ਪੜਦੇ ਤੇ ਆਵਾਂ ਪਰ ਕਈ ਵਾਰਾ ਵੱਡੇ ਪੜਦੇ ਦੇ ਚੱਕਰ 'ਚੋ ਛੋਟਾ ਵੱਡਦਾ ਵੀ ਜਾਂਦਾ ਲੱਗਦਾ ਸੋ ਇਹ ਮੈਂ ਇਹ ਬੜੀ ਸੋਚ ਸਮਝ ਨਾਲ ਪੈਰ ਚੱਕਿਆ ਸੀ ਉਹ ਕਾਮਯਾਬੀ ਮਿਲੀ ਉਹਦਾ ਅਵਾਰਡ ਵੀ ਮਿਲਿਆ ਡੇਬਿਊਟ ਦਾ ਐਕਟਰ ਦਾ ਤੇ ਹੁਣ ਆ ਜਿਹੜੀ ਰੋਮੀਓ ਰਾਂਝਾ ਜੀ ਇਹਨੂੰ ਵੀ ਬਹੁਤ ਭਾਰਮਾ ਹੰਗਾਰਾ ਮਿਲ ਰਿਹਾ ਕੋਸ਼ਿਸ਼ ਕੀਤੀ ਹੈ ਇੱਕ ਡਿਫਰੈਂਟ ਤਰ੍ਹਾਂ ਦੀ ਫਿਲਮ ਕਰ ਸਕੀਏ ਤੇ ਐਕਸਪੀਰੀਮੈਂਟ ਕਰਨਾ ਵੀ ਚਾਹੀਦਾ ਕਈ ਵਾਰਾ ਫਿਰ ਬੰਦਾ ਕਹਿੰਦਾ ਯਾਰ ਮੈਨੂੰ ਕਰਨਾ ਚਾਹੀਦਾ ਸੀ ਪਰ ਅਨ ਉਹ ਰਿਗਰਟ ਨਹੀਂ ਰੱਖਣੀ ਚਾਹੀਦੀ ਪਰ ਆਈ ਬਲੀਵ ਇਨ ਸਲੋ ਐਂਡ ਸਟੈਡੀ ਵੈਨਸ ਦ ਰੇਸ ਹੌਲੀ ਹੌਲੀ ਆਪਣੇ ਕੰਮ ਕਰੀ ਚੱਲੋ ਆਪਣੇ ਗੜਮ ਪੱਟੀ ਚੱਲੋ ਤੇ ਬਸ ਇਹਦੇ ਨਾਲ ਤੁਹਾਡੀ ਕਈ ਗਾਣੇ ਨੇ ਜਿਵੇਂ ਮੇਰੇ ਮੋਢੇ ਤੇ ਬੰਦੂਕ ਪਾਉਂਦੀ ਬੋਲੀਆਂ ਹਾਂਜੀ ਹਾਂ ਤੁਸੀਂ ਇਸ ਕਿਹੜਾ ਜੰਪਿਆ ਸੂਰਮਾ ਜਿਹੜਾ ਜੱਟ ਦੀ ਚੰਦੂ ਜੱਟ ਦੀ ਚੰਦੂ ਰੋਕੇ ਹਾਂਜੀ ਕਿਹਾ ਹੋਰ ਵੀ ਕਈ ਗੀਤ ਆ ਜਿਵੇਂ ਲੋਕ ਨਾ ਪਹਿਲਾਂ ਕਈ ਵਾਰੀ ਲੜਾਈ ਪੜਾਈ ਕਰਨ ਤੋਂ ਪਹਿਲਾਂ ਸੁੱਚਾ ਸੂਰਮੇ ਦਾ ਛਿੱਟਾ ਪੜ ਲਿਆ ਹਾਂਜੀ ਬਿਲਕੁਲ ਕਈ ਮੁੰਡੇ ਕਹਿੰਦੇ ਵੀ ਜਦੋਂ ਫਿਰ ਅਸੀਂ ਲੜਾਈ ਨਹੀਂ ਚੱਲੇ ਨਾ ਅਸੀਂ ਜੀ ਜੀ ਵੀ ਲਾ ਲਿਆ ਫਿਰ ਉਸ ਇੱਕ ਇੱਕ ਕਈ ਲੋਕ ਕਹਿੰਦੇ ਕਿ ਵਾਇਲੈਂਟ ਗੀਤ ਗਾਉਂਦਾ ਮੁੰਡਾ ਇਹ ਇਹ ਗੀਤ ਸੁਣ ਕੇ ਮਨ ਭੜਕ ਜਾਂਦਾ ਜੇ ਧਾਰੂ ਪੀਤੀ ਹੋਵੇ ਲੜਨੂਜੀ ਕਰਨ ਲੱਗ ਪੈਂਦਾ ਹਾਂਜੀ ਇਹਦਾ ਕੀ ਦੱਸੋ ਨਹੀਂ ਦੇਖੋ ਹੁਣ ਇਹ ਤਾਂ ਆਪਣੀ ਆਪਣੀ ਸੋਚ ਆ ਹਨਾ ਹੁਣ ਜੇ ਮੈਂ ਉਹ ਤਾਂ ਇੱਕ ਐਂਟਰਟੇਨਮੈਂਟ ਨੇ ਮੇਰੇ ਗੀਤ ਨੇ ਜਿਹੜੇ ਕਿਉਂਕਿ ਸਦੀਆਂ ਤੋਂ ਚੱਲਦਾ ਆ ਜੀ ਸਾਡੇ ਜਿਦਾ ਹੁਣ ਕਈ ਮਾਈਂਡ ਕਰਦੇ ਨੇ ਵੀ ਜੱਟ ਲਬਜ ਬਹੁਤ ਯੂਜ਼ ਕਰਦੇ ਆ ਜੱਟ ਦਾ ਮਤਲਬ ਹੈ ਇਹ ਨਹੀਂ ਜਾਤ ਪਾਤ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ ਨਾ ਉਹ ਜੱਟ ਹਰੇਕ ਬੰਦਾ ਜੱਟ ਆ ਹਨਾ ਤੁਸੀਂ ਕੋਈ ਵੀ ਬੰਦਾ ਗੱਲ ਕਹਿ ਲਓ ਨਾ ਕਰਦਾ ਕਹਿੰਦਾ ਹੁਣ ਕਹਿੰਦਾ ਮੇਰਾ ਜੱਟ ਜਗਾ ਨਾ ਦੇਈ ਹੈ ਨਾ ਤੇ ਉਹ ਕੁਦਰਤੀ ਗੱਲ ਹੈ ਆਪਣੇ ਕਲਚਰ ਦੇ ਵਿੱਚ ਆਪਣੇ ਸਾਰੇ ਜੁੜਿਆ ਹੋਇਆ ਹੈ ਨਾ ਕੀਤੇ ਕਰਨ ਵਾਲਾ ਕਿਸਾਨ ਵੀ ਹਾਂ 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 ਉਹ ਅਨਬ ਜਦ ਉਹ ਕਹਿੰਦੇ ਨੇ ਗੁਰੂ ਸਾਹਿਬ ਨੇ ਵੀ ਕਿਹਾ ਉਹ ਜਿਹੜਾ ਵੀ ਜ਼ੁਲਮ ਸਹਿ ਲਵੇ ਉਹ ਦੇ ਨਾਲ ਦਾ ਫੇ ਮਰਨਾ ਹੀ ਚੰਗਾ ਹੈ ਨਾ ਮਨਾ ਫੇ ਹਥਿਆਰ ਚੱਕੋ ਹੈ ਨਾ ਸੋ ਆਪਾਂ ਉਹ ਜਿਹੜੇ ਗਾਣੇ ਨੇ ਇੰਟਰਟੇਨਮੈਂਟ ਨੇ ਪਰ ਆਪਾਂ ਇਹ ਨਹੀਂ ਕਹਿ ਰਹੇ ਕਿ ਜਾ ਉਹਨੂੰ ਫਲਾਣੇ ਨੂੰ ਜਾ ਕੇ ਮਾਰ ਦਿਓ ਤੇ ਐ ਕਰ ਦਿਓ ਹੈ ਨਾ ਪਰ ਜਦੋਂ ਲੋੜ ਪਵੇ ਫਿਰ ਅਗਲੇ ਨੂੰ ਦੱਸਣਾ ਵੀ ਚਾਹੀਦਾ ਹੈ ਨਾ ਨਹੀਂ ਉਹ ਹਾਰਦਾ ਜੇ ਤੇ ਜੱਟ ਪੂਰਾ ਕੈਮ ਆ ਹਾਂਜੀ ਹੋਰ ਜਿਸੀ ਬਹੁਤ ਸਾਰੇ ਲੋਕ ਤੁਹਾਡੀ ਪਰਸਨਲ ਜ਼ਿੰਦਗੀ ਦੇ ਵਿੱਚ ਦਿਲਚਸਪੀ ਲੈਂਦੇ ਆ ਹਾਂਜੀ ਵੀ ਗੌਣ ਵਾਲਾ ਮੁੰਡਾ ਇੰਨਾ ਸਥਾਪਤ ਹੋਇਆ ਇੰਨੇ ਵਧੀਆ ਗਾਣੇ ਵੀ ਗਾਏ ਨੇ ਵੈਸੇ ਕੀ ਕਰਦੇ ਰਹਿੰਦੇ ਹੋ ਜਦੋਂ ਤੁਸੀਂ ਨਹੀਂ ਗਾਉਂਦੇ ਹਾਂ ਜਿੰਦਗੀ ਕਿਵੇਂ ਚੱਲ ਰਹੀ ਬਾਕੀ ਦੀ ਜਿਹੜੀ ਤੁਹਾਡੀ ਆਪਣੀ ਜ਼ਾਤੀ ਜ਼ਿੰਦਗੀ ਦੀ ਹਾਂ ਜਿੰਦਗੀ ਬਹੁਤ ਵਧੀਆ ਜੀ ਕੋਸ਼ਿਸ਼ ਕਰੀਦੇ ਆ ਵੀ ਫੈਮਿਲੀ ਲਾਈਫ ਦੇ ਇਹ ਜਿਹੜੀ ਗਾਉਣ ਪਾਣੀ ਵਾਲੀ ਲਾਈਫ ਹੈ ਉਹਨੂੰ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ ਕਿਉਂ ਬੱਚੇ ਨੇ ਵਾਈਫ ਨੇ ਸਾਰੇ ਨੇ ਘਰ ਦੇ ਮਿਸ ਕਰਦਾ ਮੈਂ ਜਦੋਂ ਬਾਹਰ ਹੁੰਨਾ ਹੁਣ ਪਿਛਲੀ ਵਾਰੀ ਮੈਂ ਜਾ ਰਿਹਾ ਸੀਗਾ 에ਰਪੋਰਟ ਤੇ ਤੇ ਜੋਵਨ ਨੇ ਇੱਕ ਬੜੀ ਵਧੀਆ ਗੱਲ ਕਹੀ ਮੈਨੂੰ ਕਹਿੰਦਾ ਡੈਡ ਕੈਨਟ ਯੂ ਗੈਟ 9 ਟੂ 5 ਜੌਬ ਕਿ ਤੁਸੀਂ 9 ਟੂ 5 ਜੌਬ ਨਹੀਂ ਕਰ ਸਕਦੇ ਮੈਂ ਉਸ ਉਹ ਗੱਲ ਨੇ ਮੇਰੇ ਬੜੇ ਇੱਥੇ ਦਿਲ ਤੇ ਲੱਗੀ ਗੱਲ ਵੀ ਉਹ ਬੱਚਿਆਂ ਨੂੰ ਕੋਈ ਪੈਸੇ ਦਾ ਗੱਲ ਨਹੀਂ ਉਹਨਾਂ ਨੂੰ ਜਿਹੜਾ ਟਾਈਮ ਆ ਉਹ ਉਹ ਸਾਰਾ ਕੁਝ ਆ ਸੋ ਹਮੇਸ਼ਾ ਬੈਲੈਂਸ ਕਰਨ ਦੀ ਕੋਸ਼ਿਸ਼ ਹਾਂ ਟਫ ਹੁੰਦਾ ਬਹੁਤ ਪਰ ਮੈਂ ਟਰੈਵਲਿੰਗ ਕਰਨ ਤੋਂ ਕਦੇ ਵੀ ਝਿਜਕਦਾ ਨਹੀਂ ਵੀ ਮਾਲਕ ਨੇ ਦਿੱਤਾ ਕਈ ਤਾਂ ਬੰਦੇ ਤਰਸਦੇ ਨੇ ਦੁਨੀਆ 'ਚ ਜੀ ਕਦੇ ਪਲੇਨ 'ਚ ਬੈਠਣ ਨੂੰ ਹਨਾ ਸਾਨੂੰ ਮਾਲਕ ਨੇ ਇਹੋ ਜਿਹੀ ਲਾਈਫ ਦਿੱਤੀ ਹੈ ਇਹੋ ਜਿਹੀ ਸ਼ੋਹਰਤ ਦਿੱਤੀ ਹੈ ਇਹੋ ਜਿਹੀ ਜੌਬ ਦਿੱਤੀ ਹੈ ਵੀ ਸ਼ੌਹਰਤ ਸਾਰਾ ਕੁਝ ਹੀ ਮਿਲਦਾ ਸ਼ੌਹਰਤ ਵੀ ਮਿਲਦੀ ਪਿਆਰ ਵੀ ਮਿਲਦਾ ਬਹੁਤ ਪੈਸੇ ਵੀ ਮਿਲਦੇ ਨੇ ਹਨਾ ਸੋ ਇਸ ਕਰਕੇ ਕਦੇ ਵੀ ਇਦਾਂ ਦਾ ਮੈਂ ਕਹਿੰਦਾ ਨਹੀਂ ਹੁੰਦਾ ਮੈਨੂੰ ਯਾਰ ਮੈਂ ਥੱਕ ਗਿਆ ਮੈਂ ਆ ਹੋ ਗਿਆ ਬਸ ਚੱਲੀ ਚੱਲੋ ਚੱਲੀ ਚੱਲ ਹੁਣ ਫਿਰ ਡਾਈਵਰਸੀਫਾਈ ਕਰਨ ਬਾਰੇ ਸੋਚਿਆ ਕਿ ਸਿਰਫ ਗਾਉਣ ਦੇ ਵਿੱਚ ਹੀ ਬਾਕੀ ਦੀ ਜ਼ਿੰਦਗੀ ਲਗਾ ਦੇਣੀ ਹੈ ਨਹੀਂ ਚਲੋ ਜਿਹੜਾ ਪਹਿਲਾ ਪਿਆਰ ਆ ਉਹਦਾ ਗਾਇਕੀ ਆ ਜੀ ਹਨਾ ਬਾਕੀ ਨਾਲ ਦੀ ਨਾਲ ਬੱਚਿਆਂ ਬਾਰੇ ਵੀ ਸੋਚਣਾ ਚਾਹੀਦਾ ਤੇ ਸੋਚੀਦਾ ਵੀ ਹੈ ਹਨਾ ਪਤਾ ਨਹੀਂ ਹੁੰਦਾ ਕਿਉਂਕਿ ਮਾਲਕ ਦਾ ਸਭ ਕੁਝ ਦੇਣਾ ਇੱਕ ਸਕੈਂਟ ਚ ਹਨਾ ਪਤਾ ਨਹੀਂ ਕੀ ਹੋ ਜਾਣਾ ਸੋ ਇਸ ਕਰਕੇ ਉਹ ਸੋਚਣ ਵਾਲੀ ਮੈਂ ਜ਼ਿੰਦਗੀ ਚ ਚੱਲਦਾ ਹੁੰਨਾ ਪਹਿਲਾ ਪਿਆਰ ਤਾਂ ਗਾਇਕੀ ਹੈ ਹੋਰ ਵੀ ਪਿਆਰ ਹੈਗੇ ਕੋਈ ਜਿਆਦਾ ਬਸ ਨਹੀਂ ਹਾਕੀ ਲਾਈਕ ਕਰਦਾ ਮੈਂ ਬਹੁਤ ਹਾਲੇ ਵਿੱਚ ਜਦੋਂ ਮੈਂ ਆਇਆ ਤਾਂ ਉਹ ਦਿਨ ਮੈਂ ਨੇਫੀ ਮੇਰਾ ਕਹਿੰਦਾ ਚਾਚਾ ਆਪਾਂ ਹਾਕੀ ਖੇਡਾਂਗੇ ਆਈ ਹਾਕੀ ਹਾਂ ਨਹੀਂ ਆਈ ਹਾਕੀ ਦਾ ਨਹੀਂ ਹੁਣ ਬਾਲ ਹਾਕੀ ਖੇਡਾਂਗੇ ਕਿਉਂਕਿ ਸਕੀਟਿੰਗ ਕੀ ਤੈਨੂੰ ਬੜਾ ਟਾਈਮ ਹੋ ਗਿਆ ਹੋਰ ਨਾ ਕਿਤੇ ਨਹੀਂ ਡੈਕ ਡੁਗ ਪਈ ਹੈ ਤੇ ਬਾਲ ਹਾਕੀ ਖੇਡਾਂਗੇ ਜਾ ਕੇ ਸਾਰਿਆਂ ਨਾਲ ਸੋ ਇਦਾਂ ਦਾ ਸ਼ੌਕ ਹੈ ਮੈਨੂੰ ਬਸ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਯਾਰਾਂ ਦੋਸਤ ਜਿਹੜੇ ਪੁਰਾਣੇ ਸੱਜਣ ਮਿੱਤਰ ਹਾਂ ਉਹਨਾਂ ਨਾਲ ਬੈਠ ਕੇ ਮਹਿਫਿਲ ਪੁਰਾਣੀਆਂ ਗੱਲਾਂ ਉਹ ਫਿਰ ਕਿਉਂਕਿ ਬਹੁਤ ਬਿਜ਼ੀ ਰਹੀ ਤਾਂ ਉਹ ਫਿਰ ਪੁਰਾਣੇ ਦਿਨ ਜਦੋਂ ਯਾਦ ਕਰ ਲਈਦੇ ਫਿਰ ਖੁਸ਼ੀ ਬਹੁਤ ਮਿਲਦੀ ਆ ਫਿੱਟ ਬਹੁਤ ਤੁਸੀਂ ਰਹਿੰਦੇ ਮੈਨੂੰ ਯਾਦ ਆਦਾ 10 ਸਾਲ ਪਹਿਲਾਂ ਤੁਹਾਡੀ ਇੰਟਰਵਿਊ ਕੀਤੀ ਤਕਰੀਬਨ ਤਕਰੀਬਨ ਇਹ ਜੈ ਸ਼੍ਰੀਸ਼ੀ ਹਾਂਜੀ ਇਹਦੇ ਲਈ ਸਪੈਸ਼ਲ ਐਫਰਟ ਆ ਸਪੈਸ਼ਲ ਬਸ ਇਹੀ ਆ ਜੀ ਵੀ ਜਮ ਜਮ ਲਾ ਛੱਡੀ ਦਾ ਆ ਟ੍ਰੈਵਲਿੰਗ ਬਹੁਤ ਜ਼ਿਆਦਾ ਹੁੰਦੀ ਆ ਸੋ ਪਹਿਲੀ ਸਾਡੀ ਡਿਮਾਂਡ ਇਹੀ ਹੁੰਦੀ ਆ ਜਦ ਪ੍ਰੋਮੋਟਰਸ ਨੇ ਜਾਂ ਪ੍ਰੋਡਿਊਸਰਸ ਨੇ ਵੀ ਭਾਈ ਉਹ ਚ ਜਮ ਜ਼ਰੂਰ ਹੋਵੇ ਹੋਟਲ ਚ ਪੰਜ ਤਾਰਾ ਬਸ਼ੱਕ ਨਾ ਹੋਵੇ ਹੋਵੇ ਭਾਵੇਂ ਤਿੰਨ ਤਾਰਾ ਹੀ ਪਰ ਜੇ ਮਾੜਾ ਮੋਟਾ ਹੋਵੇ ਕਿਉਂਕਿ ਕਸਰਤ ਕਰਨੀ ਬਹੁਤ ਜ਼ਰੂਰੀ ਆ ਹਰ ਇੱਕ ਇਨਸਾਨ ਲਈ ਇਸੇ ਕਰਕੇ ਮੈਂ ਤਾਂ ਯੰਗਸਟਰਸ ਨੂੰ ਬੇਨਤੀ ਜ਼ਰੂਰ ਕਰਦਾ ਹੁੰਨਾ ਵੀ ਦਸ ਨਸ ਇੰਬੈਦਰਨ ਬੀਨ ਹੈ ਨਾ ਕਿ ਸੇ ਲਈ ਥੋੜਾ ਤੁਸੀਂ ਕਰਦੇ ਆਪਣੇ ਆਪ ਲਈ ਕਰਦੇ ਹੋ ਹੈਨਾ ਉਦੋਂ ਬਹੁਤ ਜ਼ਰੂਰ ਸੁਣੋ ਜੱਟ ਪੂਰਾ ਕੈਮ ਹੈ ਹਾਂਜੀ ਉਦੋਂ ਮੇਰੇ ਇੱਕ ਸ਼ੇਰ ਲਿਖਿਆ ਜੀ ਕਿਉਂਕਿ ਕਈ ਵਾਰਾਂ ਸਟੇਜ ਤੇ ਲੋਕੀ ਸ਼ੇਰ ਬੜੇ ਲਾਈਕ ਕਰਦੇ ਨੇ ਉਹ ਸਿਰ ਚੜਿਆ ਤੇ ਲਾਹ ਦੇ ਮੰਗੇ ਆੜਿਆ ਤੇ ਚਟਕਾ ਦੇ ਮੰਗੇ ਕਰਦੇ ਜ਼ੁਲਮ ਜਿਨਾਇਤ ਚੱਕੀ ਜਦ ਟਕਰੇ ਵੜਕਾ ਦੇ ਮੰਗੇ ਮਦੋ ਕੇ ਗੁਰਮਿੰਦਰਾਨੀ ਜੀ ਸਕਦੇ ਨਹੀਂ ਮੀ ਪਾਕੇ ਜਦ ਵੀ ਮੌਕਾ ਮਿਲਿਆ ਹੱਥ ਵਿਖਾ ਦੇ ਮੰਗੇ ਭੱਜ ਜਾਊਗਾ ਮਦਾਨੋ ਵੈਰੀਆਂ ਨੂੰ ਵੈਮਾ ਜਾਉਂ ਗਮਦਾਨੋਂ ਵੈਰੀਆਂ ਨੂੰ ਵੈਮੈਂ ਨਹੀਂ ਹਾਰਦਾ ਹਾਰਦਾ ਅਜੇ ਤੇ ਜੱਟ ਪੂਰਾ ਕੈਮੈਂ ਨਹੀਂ ਹਾਰਦਾ ਹਾਂ ਹਾਰਦਾ ਅਜੇ ਤੇ ਜੱਟ ਪੂਰਾ ਕੈਮੈਂ ਨਹੀਂ ਹਾਰਦਾ ਵੈਰੀ ਗੁੱਡ ਵੈਰੀ ਗੁੱਡ ਅਮ ਅਖੀਰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਸਾਰੇ ਯੰਗ ਮੁੰਡੇ ਕੁੜੀਆਂ ਦੇ ਰੋਲ ਮਾਡਲ ਹੋ ਤੁਸੀਂ ਹਾਂਜੀ ਓਹੋ ਤੁਹਾਡੇ ਵੱਲ ਦੇ ਲੁੱਕ ਫਾਰਵਰਡ ਟੂ ਯੂ ਫਾਰ ਗਾਈਡੈਂਸ ਸਮਟਾਈਂ ਤੁਹਾਡੇ ਗੀਤਾਂ ਨੂੰ ਪਿਆਰ ਕਰਦੇ ਆ ਜਿੱਥੇ ਤੁਸੀਂ ਗੀਤਾਂ ਤੇ ਵੇਚ ਕੇ ਖਾੜੇ ਲਾ ਕੇ ਐਲਬਮ ਸਕਸੈਸ ਕਰਕੇ ਤੁਸੀਂ ਆਰਥਿਕ ਤੌਰ ਤੇ ਖੁਸ਼ਹਾਲੀ ਹਾਸਲ ਕੀਤੀ ਉਥੇ ਇੱਕ ਜਿਹੜਾ ਤੁਹਾਡਾ ਐਹਸਾਨ ਹੈ ਨਾ ਪੰਜਾਬ ਵੀ ਬੋਲੀ ਦੇ ਸਰ ਬਹੁਤ ਸਾਰੇ ਬੱਚੇ ਸ਼ਾਇਦ ਅੱਜ ਪੰਜਾਬੀ ਬੋਲਦੇ ਹੀ ਨਾ ਜੇ ਤੁਹਾਡੇ ਗੀਤ ਨਾ ਸੁਣਦੇ ਉਹਨਾਂ ਦੇ ਪੰਜਾਬੀ ਨਾਲ ਜੁੜਨ ਦਾ ਕਾਰਨ ਹੀ ਤੁਹਾਡੇ ਗੀਤ ਸੀ ਹਾਂ ਨਹੀਂ ਚਲੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਤਾਂ ਜੀ ਬਸ ਇਹੀ ਮੈਸੇਜ ਹੁੰਦਾ ਹਮੇਸ਼ਾ ਇਹ ਬੱਚਿਆਂ ਨੂੰ ਉਹ ਖਾਸ ਕਰਕੇ ਪੇਰੈਂਟਸ ਨੂੰ ਜਿਹੜੇ ਘਰ ਦੇ ਨੇ ਮਾਪੇ ਨੇ ਤੁਹਾਡੇ ਪਹਿਲੀ ਗੱਲ ਉਹਨਾਂ ਦੀ ਰਿਸਪੈਕਟ ਕਰੋ ਸਾਡੇ ਉਸਤਾਦ ਜੀ ਕਹਿ ਗਏ ਨੇ ਵੀ ਜੇ ਤੁਸੀਂ ਆਪਣੇ ਮਾਪਿਆਂ ਦੀ ਸੇਵਾ ਕਰਦੇ ਹੋ ਨਾ ਮੰਦਿਰ ਮਸਜਿਦ ਗੁਰਦਾਰੇ ਜਾਣ ਦੀ ਲੋੜ ਨਹੀਂ ਉਹ ਬਹੁਤ ਘਟ ਗਿਆ ਆਪਾਂ ਆਪਣੇ ਮਾਪਿਆਂ ਦੀ ਗੱਲ ਸੁਣਦੇ ਨਹੀਂ ਪਤਾ ਉਦੋਂ ਲੱਗਦਾ 2 ਸਾਲ ਬਾਅਦ ਤੁਸੀਂ ਰੀਅਲਾਈਜ਼ ਕਰਦੇ ਹੋ ਯਾਰ ਮਮ ਆਜ਼ ਰਾਈਟ ਡੈਡ ਵਾਜ਼ ਰਾਈਟ ਕਿਉਂਕਿ ਕੋਈ ਵੀ ਮਾਪੇ ਇਹੋ ਜਿਹਾ ਨਹੀਂ ਜਿਹੜਾ ਆਪਣੇ ਬੱਚੇ ਦਾ ਮਾੜਾ ਸੋਚੂਗਾ ਸੋ ਬੱਚਿਆਂ ਨੂੰ ਬੇਨਤੀ ਆ ਵੀ ਪਲੀਜ਼ ਲਿਸਨ ਟੂ ਯੂ ਫਰੈਂਡਸ ਆਪਣੇ ਮਾਪਿਆਂ ਦੀ ਸੇਵਾ ਕਰੋ ਨਾ ਤਾਂ ਖਿਆਲ ਰੱਖਿਆ ਕਰੋ ਜਰੂਰ ਕਿਉਂਕਿ ਇੱਕ ਵਾਰੀ ਚੱਲ ਜਾਂਦੇ ਨੇ ਮੁੜ ਕੇ ਫਿਰ ਲੱਭਦੇ ਨਹੀਂ ਸੋ ਬਾਕੀ ਜੋ ਤੁਹਾਡੇ ਸੁਪਨੇ ਆ ਖਾਸ ਕਰਕੇ ਮੈਂ 4 ਸਾਲ ਦਾ ਸੀ ਜਦੋਂ ਮੈਂ ਸੁਪਨਾ ਲਿਆ ਆਪਣੇ ਪਿੰਡ ਉਸਤਾਦ ਸ਼੍ਰੀ ਕੁਲਦੀਪ ਮਾਨਸ਼ੀ ਦਾ ਅਖਾੜਾ ਦੇਖਿਆ ਚਾਚਿਆਂ ਦੇ ਮੋਢਿਆਂ ਤੇ ਮੈਨੂੰ ਚਾਚੇ ਨੇ ਚੱਕਿਆ ਸੀ ਤੇ ਉਹ ਇੱਕ ਚੀਜ਼ ਇੱਕ ਮਤਲਬ ਇੱਕ ਸੁਪਨਾ ਲਿਆ ਸੀ 4 ਸਾਲ ਦਾ ਔਰ ਅੱਜ ਦੇਖ ਲਓ ਮੈਂ ਮੇਰਾ ਸੁਪਨਾ ਪੂਰਾ ਹੋਇਆ ਸੋ ਜ਼ਿੰਦਗੀ 'ਚ ਜੋ ਵੀ ਤੁਸੀਂ ਕਰਨਾ ਹੈ ਜ਼ਰੂਰ ਇਹਨੇ ਕਲਾਕਾਰ 뮤직 ਕੁਝ ਵੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਹੋ ਆਪਾਂ ਕਰ ਸਕਦੇ ਹਾਂ ਤੁਸੀਂ ਕਰ ਸਕਦੇ ਹੋ ਮਾਲਕ ਨੇ ਸਾਨੂੰ ਸ਼ਕਤੀ ਦਿੱਤੀ ਹੈ ਉਹ ਜੀ ਜੋ ਵੀ ਆਪਾਂ ਜ਼ਿੰਦਗੀ ਜਰਨਾ ਕਰਨਾ ਕਰ ਸਕਦੇ ਸੋ ਮਾਲਕ ਤੁਹਾਡੇ ਸਾਰਿਆਂ ਦੇ ਸੁਪਨੇ ਪੂਰੇ ਕਰੇ ਆਲਵੇਜ਼ ਏਮ ਹਾਈ ਇਨ ਦਾ ਸਕਾਈ ਓਨਲੀ ਥੈਨ ਯੂਰ ਰੀਚ ਹਾਫ ਵੇ ਸੋ ਜੋ ਵੀ ਤੁਹਾਡੇ ਤੁਸੀਂ ਜ਼ਿਕਰ ਕੀਤਾ ਮਾਤਾ ਜੀ ਦਾ ਪਿਤਾ ਜੀ ਦਾ ਇਹ ਜਿਹੜਾ ਟੈਟੂ ਹੈ ਤੁਹਾਡੇ ਮਾਤਾ ਜੀ ਦੇ ਆਸ਼ੀਰਵਾਦ ਦੀ ਨਿਸ਼ਾਨੀ ਹੈ ਹਜੇ ਉਹਨਾਂ ਦੀ ਡੈਥ ਹੋ ਗਈ ਸੀ ਜੀ ਕਿੰਨ ਸਾਲ ਹੋ ਗਏ ਨੇ ਤੇ ਇਹ ਉਹਨਾਂ ਦਾ ਮੈਂ ਹੱਥ ਉਹਨਾਂ ਦੀ ਫੋਟੋ ਖਿੱਚੀ ਹੋਈ ਸੀ ਮੈਂ ਹੱਥ ਦੀ ਪਹਿਲੇ ਉਹਨਾਂ ਦੇ ਮਤਲਬ ক্লোਜ਼ ਤੇ ਫਿਰ ਉਹ ਪੂਰਾ ਫੀਲਿੰਗ ਆਉਂਦੀ ਹੈ ਮੇਰੇ ਨਾਲ ਹੀ ਨੇ ਵੈਸੇ ਤਾਂ ਦਿਲੋਂ ਹੀ ਨਾਲ ਹੀ ਹੁੰਦੇ ਨੇ ਉਹ ਲੇਕਿਨ ਇਹ ਥਾਪੜਾ ਮੇਰੇ ਸਮਝ ਲਓ ਜੀ ਸੋ ਸ਼ੀ ਇਸ ਆਲਵੇਸ ਵਿਦ ਮੀ ਮੋਸਟ ਆਫ ਦ ਟੈਟੂਸ ਨੇ ਥੀਮ ਆ ਕੋਈ ਹਾਂ ਦੇ ਥੀਮ ਜੀ ਹੁਣ ਤੁਸੀਂ ਕੁਲਦੀਪ ਮਾਨਕ ਸਾਹਿਬ ਨੂੰ ਉਸਤਾਦ ਸਮਝਦੇ ਉਹਨਾਂ ਨੇ ਗਾਇਆ ਵੀ ਤੁਸੀਂ ਹਾਂ ਜੀ ਬਿਲਕੁਲ ਬਿਲਕੁਲ ਜਿਹੜੇ ਉਹਨਾਂ ਦਾ ਟੈਟੂ ਬਣ ਰਿਹਾ ਜਿਸ ਹਾਂ ਜੀ ਬਣ ਰਿਹਾ ਉਹ ਚੱਲ ਰਿਹਾ ਜੀ ਕੰਮ ਅਸੀਂ ਮੈਂ ਤਾਂ ਯੁੱਦੀ ਨੇ ਪਹਿਲੀ ਹੀ ਕਿਹਾ ਸੀਗਾ ਜਦੋਂ ਜਦੋਂ ਉਸਤਾਦ ਜੀ ਠੀਕ ਵੀ ਸੀਗੇ ਵੈਸੇ ਵੀ ਅਸੀਂ ਕਿਹਾ ਵੀ ਉਹ ਉਸਤਾਦ ਜੀ ਦੇ ਮੈਨੂੰ ਫੋਟੋ ਬਹੁਤ ਪਸੰਦ ਆ ਕੋ ਤਰਲੇ ਵਾਲੀ ਨਾ ਕਾਲੀ ਪ੍ਰਾਣੀ ਮਤਲਬ ਉਹ ਬਣਾਉਣੀ ਹੈ ਨਾ ਤੇ ਜੁਦੀ ਕਹਿੰਦਾ ਫੇ ਆਪਾਂ ਇਕੱਠੇ ਭਾਜੀ ਬਣਾਵਾਂਗੇ ਪਿੱਠ ਦੇ ਪਿਛੇ ਜੁਦੀ ਹੱਲੇ ਪੂਰਾ ਠੀਕ ਨਹੀਂ ਹੈਗਾ ਪਰ ਜਦੋਂ ਹੋਇਆ ਚਲੋ ਵੀ ਮਾਲ ਕਿਰਪਾ ਕਰੇ ਜੀ ਉਹ ਵੀ ਮੈਂ ਕਿਹਾ ਹੋਇਆ ਵੀ ਜੁਦੀ ਜਦੋਂ ਠੀਕ ਹੋਇਆ ਨਾ ਪੂਰਾ ਖਾੜਾ ਵੀ ਅਸੀਂ ਰਿਕਾਰਡ ਕਰਾਂ ਜਿਹੜਾ ਬਾਰ ਬਾਬਾ ਬੰਦਾ ਭਾਦਰ ਉਸਤਾਦ ਜੀ ਗੁੰਦਨਦੇ ਸੀ ਉਹਦਾ ਪੂਰਾ ਕਿੱਸਾ ਰਿਕਾਰਡ ਕਰਾਂਗੇ ਕਿਉਂਕਿ ਸ਼ਹੀਦਾਂ ਦਾ ਪਹਿਰਾ ਬੜਾ ਹਾਂਜੀ ਉਹਨਾਂ ਦੀ ਸਤਿਆ ਹੋਵੇ ਤੇ ਸਭ ਕੁਝ ਹੋ ਸਕਦਾ ਸੋ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਵੀ ਉਹਨਾਂ ਦੁਆ ਜ਼ਰੂਰ ਕਰਿਆ ਕਰੋ ਜੁਦੀ ਲਈ ਅ ਮੈਨੂੰ ਪਤਾ ਤੁਸੀਂ ਕੁਲਦੀਪ ਮਾਨ ਨੂੰ ਇੱਕ ਕਿਸਮ ਦੇ ਪੂਜਦੇ ਸੀ ਕਿਹੜੇ ਕਿਹੜੇ ਗੀਤ ਸੀ ਜਿਹੜੇ ਤੁਸੀਂ ਉਹਨਾਂ ਨਾਲ ਇਕੱਠੇ ਗਾ ਸਕੇ ਮੇਰਾ ਦੇਖੋ ਜੀ ਹੱਲੇ ਮੇਰੇ ਕੋਲ ਹੋਰ ਗੀਤ ਪਏ ਵੀ ਨਹੀਂ ਜਿਹੜੇ ਹੱਲੇ ਅਸੀਂ ਕੱਢਣੇ ਆ ਜਦੋਂ ਮਹਾਰਾਜਾਜ਼ ਐਲਬम्स ਰਿਕਾਰਡ ਕੀਤੇ ਸੀ ਮੈਂ ਉਹਨਾਂ ਦੇ ਸਾਰੇ ਜਿੰਨੇ ਮੈਨੂੰ ਫੇਵਰੇਟ ਲੱਗਦੇ ਸੀ ਫੇਵਰੇਟ ਤਾਂ ਬਹੁਤ ਆ ਪਰ ਜਿੰਨੇ ਕਰ ਸਕਦੇ ਸੀ ਸੋ ਸਾਰੇ ਗੀਤ ਤਕਰੀਬਨ ਕਰਾਏ ਨੇ मां ਹੁੰਦੀ ਐ ਮਾਂ ਉਹ ਵੀ ਪਿਆ ਜੀ ਹਨਾ ਪਰ ਮੇਰਾ ਜਿਹੜਾ ਫੇਵਰਟ ਹੈ ਸੋਚਾ ਸੂਰਮਾ ਉਹ ਮੈਂ ਉਸਤਾਦ ਜੀ ਨੂੰ ਉਹਦਾ ਬੇਨਤੀ ਕੀਤੀ ਮੈਂ ਉਸਤਾਦ ਜੀ ਮੈਂ ਇਹ ਦੁਆਰਾ ਕਰਨਾ ਚਾਹੁੰਨਾ ਕਰ ਲਾ ਫੇ ਕਹਿੰਦੇ ਹਨਾ ਉਹ ਮੇਰਾ ਬੜਾ ਫੇਵਰਟ ਕੀਤੇ ਆ ਕਿਉਂਕਿ ਉਹ ਕਹਾਣੀ ਜਿਹੜੀ ਪ੍ਰਾਂਹ ਜੁੱਤੀ ਵਿੱਚ ਰੜਕ ਮੜਕ ਨਾ ਹੋਵੇ ਇਵੇਂ ਵਿੱਚ ਰੜਕ ਨਾ ਹੋਵੇ ਉਹ ਵੀ ਗੀਤ ਤੁਸੀਂ ਮੇਰੇ ਖਲ ਨੂੰ ਲਗਾਇਆ ਹਾਂਜੀ ਉਹ ਮੈਂ ਉਹਦੇ ਵਿੱਚ ਟੋਟੜਾ ਜਿਆ ਛੱਡਿਆ ਸੀਗਾ ਜਿਹੜਾ ਮੇਰਾ ਗੀਤ ਸੀਗਾ ਜਾਦੂ ਮੇਰੇਆਂ ਗੀਤਾਂ ਦਾ ਸਿਰ ਚੜ੍ਹ ਕੇ ਬੋਲਦਾ ਉਹਦੇ ਵਿੱਚ ਫੇ ਫਿੱਟ ਕੀਤਾ ਸੀ ਹਾਂਜੀ ਮੈਂ ਮਾਨਕ ਦਾ ਚੇਲਾ ਦੱਸ ਦੂੰ ਆਲ ਦਵਾਲੇ ਨੂੰ ਹਾਂਜੀ ਮੇਰੀ ਉਮਰ ਵੀ ਲੱਗ ਜਾ ਜੰਡੂਲੇਤਰਾ ਵਾਲੇ ਨੂੰ ਮੈਂ ਰੱਬ ਤੋਂ ਡਰ ਕੇ ਕਹਿਣਾ ਬਈ ਮੈਂ ਉਹਦੀ ਰਜਾ ਵਿੱਚ ਰਹਿਣਾ ਕਫਰ ਪੂਰਾ ਨਾ ਤੋਲਦਾ ਫਿਰ ਜਾਦੂ ਮੇਰੇਆ ਗੀਤਾਂ ਦਾ ਸਿਰ ਚੜ ਕੇ ਬੋਲਦਾ ਪਰ ਸੋਣੀ ਤੀਮੀ ਮੜਕ ਬਿਨਾ ਤੇ ਜੁੱਤੀ ਦੇ ਵਿੱਚ ੜਕਣਾ ਹੋਵੇ ਉਹ ਗੀਤ ਵੀ ਤੁਸੀਂ ਗਾਇਆ ਸੀ ਹਾਂਜੀ ਉਹਦੇ ਵਿੱਚ ਹੀ ਮੈਂ ਫਿੱਟ ਕੇ ਦੱਸਿਆ ਕਿ ਉਹ ਬੰਦੇ ਵਿੱਚ ੜਕਣਾ ਹੋਵੇ ਤੀਮੀ ਵਿੱਚ ਮੜਕ ਨਾ ਹੋਵੇ ਜੁੱਤੀ ਵਿੱਚ ਝਰ ਕੇ ਨਾ ਹੋਵੇ ਰਾਈਆਂ ਨੂੰ ਦੱਸ ਦੀ ਨਾ ਨਖਰੇ ਬਿਨਾ ਸੋਹਣੀ ਤੀਵੇਂ ਪੋਰਾ ਵੀ ਜੱਜ ਦੀ ਨਾ ਨਖਰੇ ਬਿਨਾ ਸੋਹਣੀ ਤੀਵੇਂ ਪੋਰਾ ਵੀ ਜੱਜ ਦੀ ਨਾ ਨਖਰੇ ਬਿਨਾ ਸੋਹਣੀ ਤੀਵੇਂ ਕੀ ਬਾਤ ਹੈ ਤੇ ਮਾਨਕ ਸਾਹਿਬ ਦੇ ਬਾਰੇ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਕਰਨੀ ਚਾਹਣਾ ਜੋ ਤੁਸੀਂ ਮਹਰਾਜਾ ਕੀਤੀ ਹਾਂ ਜੀ ਤੁਸੀਂ ਇਕੱਠਿਆਂ ਨੇ ਗੀਤ ਗਾਏ ਹਾਂਜੀ ਬਿਲਕੁਲ ਸਾਨੂੰ ਵੀ ਹੈਰਾਨੀ ਹੋਈ ਮੇਰੇ ਖਿਆਲ ਤੁਹਾਨੂੰ ਵੀ ਹੈਰਾਨੀ ਹੋਏਗੀ ਉਦੋਂ ਵੀ ਉਹਨਾਂ ਦੀ ਆਵਾਜ਼ ਭਾਵੇਂ ਉਹ ਬਿਮਾਰ ਸੀ ਉਹ ਤੁਸੀਂ ਮੇਰੇ ਖਿਆਲ ਹਾਂ ਬਹੁਤ ਸਾਤੋਂ ਸੁਰ ਲੱਗਦੀ ਨਹੀਂ ਹੁੰਦੀ ਸੀ ਜਿਹੜੇ ਉਹ ਉਸਤਾਦ ਜੀ ਲਾ ਦਿੰਦੇ ਉਹ ਉਦੋਂ ਵੀ ਚੱਕ ਦਿੰਦੇ ਸੀ ਚੱਕ ਦਿੰਦੇ ਸੀ ਤੇ ਉਹ ਜਦ ਰਿਕਾਰਡਿੰਗ ਕਰਨੀ ਉਹ ਫਿਰ ਯੁੱਦੀ ਥੋੜਾ ਡਰਦਾ ਸੀ ਉਸਤਾਦ ਜੀ ਤੋਂ ਦਬਕਾ ਮਾਰ ਦਿੰਦੇ ਫਿਰ ਮੈਂ ਫਿਰ ਉਹਨਾਂ ਉਸਤਾਦ ਜੀ ਨੂੰ ਕਹਿਣਾ ਵੀ ਥੋੜਾ ਜਿਹਾ ਇਦਾਂ ਲਾਓ ਪੁਰਾਣਿਆਂ ਜਿੱਦਾਂ ਲਾਉਂਦੇ ਸੀ ਫਿਰ ਬੜੀਆਂ ਉਹਨਾਂ ਪੁਰਾਣੀਆਂ ਗੱਲਾਂ ਦਸੀਆਂ ਕਿੱਥੇ ਰਿਕਾਰਡਿੰਗ ਹੋਈ ਬਸ ਦੇ ਚੜ੍ਹ ਕੇ ਕਿੱਦਾਂ ਜਾਂਦੇ ਹੁੰਦੇ ਸੀਗੇ ਮੇਰੇ ਲਈ ਸਭ ਤੋਂ ਖੂਬਸੂਰਤ ਜਿਹੜੀ ਐਲਬਮ ਮਹਾਰਾਜਾਸ ਰਹੂਗੀ ਕਿਉਂਕਿ ਉਹ ਜਦੋਂ ਤੱਕ ਦੁਨੀਆ ਰਹੋਗੇ ਉਹਨਾਂ ਦੀ ਆਵਾਜ਼ ਗੂੰਜਦੀ ਰਹੂਗੀ ਅਸੀਂ ਵੀ ਕਰਦੇ ਰਹਿਾਂਗੇ ਕੋਸ਼ਿਸ਼ ਹਨਾ ਤੇ ਉਹ ਮੇਰੇ ਲਈ ਬਹੁਤ ਖੂਬਸੂਰਤ ਇੱਕ ਹਿੱਸਾ ਜਿਸ ਨਾਲ ਐਲਬਮਸ ਦੇ ਵਿੱਚੋਂ ਮਹਾਰਾਜਾ ਤੁਸੀਂ ਸਮਝਦੇ ਹੋ ਕਿ ਮਹਾਰਾਜਾ ਤੁਹਾਡੀ ਫੇਵਰਟ ਆ ਹਾਂਜੀ ਇਸ ਤਰ੍ਹਾਂ ਬਾਕੀ ਦੇ ਗੀਤਾਂ ਦੇ ਵਿੱਚੋਂ ਕਿਹੜਾ ਗੀਤ ਆ ਜਿਹੜਾ ਤੁਸੀਂ ਆਪ ਗੁੰਗੁਣਾਉਂਦੇ ਰਹਿੰਦੇ ਹੋ ਜਦੋਂ ਜੈ ਜੀ ਵੀ ਜਹਾਜ਼ ਸਫਰ ਕਰ ਰਿਹਾ ਜਾਂ ਤੁਸੀਂ ਆਪ ਆਪਣੀ ਕਾਰ ਚਲਾ ਕੇ ਜਾ ਰਹੇ ਹੋ ਆ ਦੇਖੋ ਪੁਰਾਣੇ ਗੀਤ ਜਿਹੜੇ ਹੁੰਦੇ ਸੀਗੇ ਨਾ ਕੁਦਰਤੀ ਗੱਲ ਆ ਉਹਦਾਂ ਦੇ ਗੀਤ ਅੱਜਕੱਲ ਮਿਊਜ਼ਿਕਲੀ ਵੀ ਚੇਂਜ ਹੋ ਗਏ ਬਹੁਤ ਜ਼ਿਆਦਾ ਹਨਾ ਤੇ ਇੱਕ ਗੀਤ ਸੀਗਾ ਉਹਦੇ ਵਿੱਚ ਸੰਤਾਰ ਦਾ ਲਿਖਿਆ ਸੀਗਾ ਉਹ ਬੜਾ ਵਧੀਆ ਸੀਗਾ ਮੈਨੂੰ ਕਾਫੀ ਪਸੰਦ ਆਇਆ ਮੈਂ ਚਾਹਣਾ ਸ਼ਾਇਦ ਮੈਂ ਦੁਬਾਰਾ ਰਿਕਾਰਡ ਕਰਾਂ ਨੀ ਤੂੰ ਸੋਚਾਂ ਵਿੱਚ ਕਾਤੋਂ ਕਮਲਾਈ ਜਿਹੀ ਰਹਿੰਦੀ ਹੱਸ ਦੇ ਖੜੇ ਨਾ ਮੁਰਝਾਈ ਜਿਹੀ ਰਹਿੰਦੀ ਲੱਖਾਂ ਹੀ ਮੁਸੀਬਤਾਂ ਨੇ ਜੂੰਦੀ ਜਾਨ ਉੱਤੇ ਲੱਖਾਂ ਹੀ ਮੁਸੀਬਤਾਂ ਨੇ ਜੂੰਦੀ ਜਾਨ ਉੱਤੇ ਨੀ ਤੂੰ ਕਿਸੇ ਤੱਕ ਨਾਰੇ ਵੇੜੀ ਲਾਲਾ ਸੋਣੀਏ ਦੋ ਜੁਗ ਤਾਂ ਜੱਗ ਰੱਖ ਲੈ ਜਾ ਯਾਰੀ ਨਿਪਗਾਲਾ ਸੋਣੀਏ ਦੋ ਜੁਗ ਤਾਂ ਜੱਗ ਰੱਖ ਲੈ ਜਾ ਯਾਰੀ ਨਿਪਗਾਲਾ ਸੋਣੀਏ ਦੋ ਜੁਗ ਤਾਂ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਅਸੀਂ ਰੀਅਲੀ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਜਣੇ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਅੱਜ ਗੁੱਡ ਟੂ ਯੂ ਪੁਰਾਣੀ ਯਾਦ ਕਰਾਤੀ ਹੈ ਮੈਨੂੰ ਇੱਥੇ ਬੇਰਕਰੀ ਫਾਰਕ ਚੱਲੇ ਆ ਕੇ ਸੀ ਫਾਰਕ ਦੀ ਸੀ ਵਿਲ ਹਕੂਮਤ ਰਹੇ ਬਹੁਤ ਹਾਂ ਜੀ ਬਹੁਤ ਬਹੁਤ ਘੁੰਮੇ ਜੀ ਬਹੁਤ ਬਾਈਸਾਈਕਲ ਬੜੇ ਚਲਾਏ ਤੇ 스ਵੀਮਿੰਗ ਪੂਲ ਹੁੰਦਾ ਹੈ ਉਹ ਚ ਸਵਿਮ ਬੜਾ ਕੀਤਾ ਫੁੱਟਬਾਲ ਸੌਕਰ ਹੌਕੀ ਬੜੀ ਖੇਡੀ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ